ਲੋ ਮੰਮੀ ਦੀ ਚਾਹ ਲਿਆ ਪੁੱਤ। ਆਮਨ ਭੈਣੇ ਚਾਹ ਪੀ ਲਾ, ਆ ਜਾ ਬਾਹਰ। ਅੰਦਰ ਹੀ ਬੜੀ ਰਹਿੰਦੀ ਹੈ, ਪਤਾ ਨਹੀਂ ਕੀ ਕੰਮ ਕਰਦੀ ਰਹਿੰਦੀ ਹੈ। ਆ ਜਾ, ਬਾਅਦ ਚ ਕਰ ਲਈ ਜਿਹੜਾ ਕੰਮ ਹੈਗਾ, ਚਾਹ ਪੀ ਲਾ ਪਹਿਲਾਂ। ਉਹ ਮਾਇਆ ਆਖਿਆ ਚੱਲ ਨਾ, ਸਾਰੀ ਝਾੜ ਪੂੰਝ ਹੀ ਕਰੀ ਜਾਂਦੀ ਸੀਗੀ, ਪੀ ਲੈਂਦੀ ਹਾਂ। ਹਾਂ ਪੀ ਲਾ ਪੀ ਲਾ, ਚੱਕੋ ਮੰਮੀ ਚਾਹ, ਨਾਲੇ ਸੰਧਾਰਾ ਖਾਓ। ਸਹੀ ਗੱਲ ਆ, ਚੱਕੋ ਮੰਮੀ ਚਾਹ। ਬਾਲਾ ਸੋਹਣਾ ਬਣਾਇਆ ਹਨਾ ਮਾਸੀ ਨੇ ਮਟਰ ਤਾਂ। ਹਾਂ ਲੈ, ਹੋਰ ਮੇਰੀ ਮਾਤਾ ਮਾਹਿਰ ਹੈ ਕੰਮਾਂ ਚ। ਸਹੀ ਗੱਲ ਆ, ਖਾਣਾ ਖਾਣਾ ਹੀ ਆਉਂਦਾ ਕਈਆਂ ਨੂੰ ਤਾਂ, ਖਵਾਉਣ ਖਵਾਉਣ ਦਾ ਤਾਂ ਕੋਈ ਪਤਾ ਨਹੀਂ ਵੀ। ਆਪ ਵੀ ਕਦੇ ਕੋਈ ਸੁਨੇਹਾ ਦੇ ਕੇ ਮੰਗਾ ਲਿਆ ਕਰ ਚੀਜ਼, ਚੱਕ ਕੇ ਮੂੰਹ ਲੱਗ ਜਾਂਦੇ ਚਰਨ। ਮੰਮੀ ਕਿਹੋ ਜਿਹੀ ਗੱਲ ਕਰੀ ਜਾਂਦੇ ਹੋ, ਨਾਲੇ ਇਹ ਸੰਧਾਰਾ ਮੇਰਾ ਕੀ ਤੇ ਭੈਣ ਦਾ ਕੀ, ਸਾਡੇ 'ਚ ਕਿਹੜਾ ਕੁਛ ਵੰਡਿਆ। ਇੱਕੋ ਗੱਲ ਤਾਂ ਹੈਗੀ ਆ, ਨਾਲੇ ਮੇਰੀ ਮਾਂ ਨੇ ਤਾਂ ਪਹਿਲਾਂ ਹੀ ਕਿਹਾ ਸੀ ਇਹ ਇਕੱਲੀ ਤੇਰਾ ਨਹੀਂ, ਤੇਰਾ ਤੇ ਅਮਨ ਦਾ। ਅੱਛਾ ਰਹਿਣ ਦਿਆ ਕਰ, ਤੂੰ ਅੰਮਾ ਨਾ ਬਣ, ਮੇਰੀ ਨੂੰਹ ਹੈ, ਨੂੰਹ ਬਣ ਕੇ ਰਹਿ, ਤੂੰ ਸਿਖਾਏਗੀ ਮੈਨੂੰ। ਮਾਂ ਕਾਹਨੂੰ ਐਂ ਕਰਦੇ ਹੁੰਦੇ ਹੋਗੇ, ਕੋਈ ਗੱਲ ਨਹੀਂ, ਮਾਂ ਨੇ ਸੰਧਾਰਾ ਮੈਨੂੰ ਤਾਂ ਨਹੀਂ ਭੇਜਿਆ, ਹੁਣ ਉਹਨੂੰ ਆਏ ਆ ਵੀ ਆਹ ਰੱਖੜੀ 'ਚ ਤਾਂ ਥੋੜ੍ਹੇ ਦਿਨ ਰਹਿ ਗਏ, ਵੀ ਰੱਖੜੀ ਵਾਲੇ ਦਿਨ ਨਾਲੇ ਸੰਧਾਰਾ ਦੇ ਦੂ, ਨਾਲੇ ਰੱਖੜੀ ਬੰਨ ਜੂਗੀ। ਮੇਰੀ ਮਾਂ ਨਾਲ ਹੋਈ ਸੀ ਗੱਲ, ਮੈਂ ਕਿਹਾ ਚੱਲ ਤੁਸੀਂ ਕਾਹਨੂੰ ਗੇੜਾ ਲਾਉਣਾ, ਬਾਈ ਵੀ ਇਕੱਲਾ ਉਹਨੂੰ ਔਖਾ ਹੋ ਜਾਂਦਾ ਗਾ। ਆਹੋ ਅੱਗੇ ਤਾਂ ਜਿਵੇਂ ਸੌਣ ਚੜ੍ਹਨ ਤੋਂ ਪਹਿਲਾਂ ਹੀ ਆ ਜਾਂਦੇ ਨੇ। ਓਹੋ ਮਾਂ ਆ ਸੰਧਾਰਾ ਤਾਂ ਖਾ ਲਓ, ਜਦੋਂ ਇਹ ਖਤਮ ਹੋ ਗਿਆ ਉਦੋਂ ਨੂੰ ਭੈਣ ਵਾਲਾ ਆ ਜੂਗਾ। ਸਹੀ ਗੱਲ ਆ, ਨਾਲੇ ਇਕੱਠਾ ਫਿਰ ਉਹੀ ਗੱਲ ਆ, ਖਾਦਾ ਨਹੀਂ ਜਾਂਦਾ, ਖਾਦਾ ਨਹੀਂ ਜਾਂਦਾ। ਹਾਂ ਮੈਨੂੰ ਲੱਗਦਾ ਤੂੰ ਜ਼ਿਆਦਾ ਨਹੀਂ ਬੋਲਦੀ ਗੁੱਸਾ ਹੈ। ਚੱਲ ਕੋਈ ਨਹੀਂ ਮੰਮੀ, ਚਾਹ ਤਾਂ ਪੀ ਲਓ, ਕੱਪ ਕਿਉਂ ਰੱਖਤਾ ਨੀਚੇ। ਚੱਲ ਕੋਈ ਨਹੀਂ ਮਾਂ, ਇਹਦਾ ਤਾਂ ਕੀ ਕਸੂਰ ਹੈ, ਚੱਲ ਕਸੂਰ ਤਾਂ ਮੇਰਾ ਵੀ ਮੇਰੇ ਪੇਕਿਆਂ ਨੇ ਮੇਰਾ ਸੰਧਾਰਾ ਹਜੇ ਤੱਕ ਭੇਜਿਆ ਨਹੀਂ। ਮੈਂ ਕੋਈ ਨਹੀਂ ਅੱਜ ਫੋਨ ਲਾ ਲੈਂਦੀ ਹਾਂ ਮੇਰੀ ਮਾਂ ਨੂੰ, ਉਹ ਮੈਨੂੰ ਸੁਨਾਰਾ ਫੜਾ ਜਾਣਗੇ, ਉਹ ਤਾਂ ਮੈਂ ਹੀ ਕਹਿਤਾ ਸੀ। ਮੈਂ ਕਿਹਾ ਚੱਲ ਕਾਹਨੂੰ, ਰੱਖੜੀ ਵਾਲੇ ਦਿਨ ਇਹ ਮੈਨੂੰ ਕਹਿੰਦੇ ਸੀ ਆਪਾਂ ਜਾਵਾਂਗੇ, ਉਦੀ ਚੱਕ ਲਿਆਵਾਂਗੇ ਸੁਨਾਰਾ, ਐਡੀ ਕੀ ਗੱਲ ਹੈਗੀ। ਚੱਲ ਕੋਈ ਨਹੀਂ ਮੰਮੀ, ਕਾਹਨੂੰ ਐਵੇਂ ਗੁੱਸਾ ਕਰਦੇ ਹੋ, ਚਾਹ ਠੰਡੀ ਹੋਈ ਜਾਂਦੀ ਹੈ, ਤੂੰ ਵੀ ਭੈਣੇ ਚਾਹ ਪੀ। ਕੋਈ ਨਹੀਂ, ਤੂੰ ਚੁੱਪ ਕਰ ਕੁੜੇ, ਲੁੱਤਰ ਲੁੱਤਰ ਬੋਲੀ ਜਾਂਦੀ ਹੈ, ਮੈਨੂੰ ਗੱਲ ਹੀ ਨਹੀਂ ਕਰਨ ਦਿੰਦੀ, ਘੰਟਾ ਹੋ ਗਿਆ ਤੇਰੇ ਮੂੰਹ ਕਿਉਂ ਝਾਕਦੀ ਨੂੰ, ਖਵਾਉਣ ਖਵਾਉਣ ਜਾਣਦੀ ਹੈ, ਕਦੇ ਕਹਿੰਦੇ ਅਗਰ ਬਰਾਬਰ ਦੀ ਹੈ, ਸਾਡਾ ਕੀ ਵੰਡਿਆ, ਸਾਡਾ ਕੀ ਵੰਡਿਆ, ਪਤਾ ਤਾਂ ਉਦੋਂ ਲੱਗੂ ਜਦੋਂ ਵੱਟਾਂ ਪੈਣੀਆਂ, ਕੰਧਾਂ ਨਿਕਲਣੀਆਂ, ਫਿਰ ਦਿਖਾਈਆਂ ਇੱਕ, ਫਿਰ ਲੱਗੂ ਪਤਾ, ਮੇਰੇ ਕਿਹੜਾ ਦਰਾਣਾ ਜਿਠਾਣਾ ਨਹੀਂ ਸੀ। ਮਾਂ ਕਿਹੋ ਜਿਹੀਆਂ ਗੱਲਾਂ ਕਰਦੇ ਹੋ, ਹਰੇਕ ਮਾਂ ਨੂੰ ਇਹ ਹੁੰਦਾ ਗਾ ਵੀ ਮੇਰੇ ਪੁੱਤਾਂ ਦਾ ਆਪਸ ਵਿੱਚ ਪਿਆਰ ਬਣਿਆ ਰਹੇ, ਪਰ ਤੁਸੀਂ ਪਹਿਲੇ ਇਹੋ ਜਿਹੇ ਹੋ ਜਿਹੜੇ ਦਰਾਣੀ ਜਠਾਣੀ ਦੇ ਪਿਆਰ ਨੂੰ ਦੇਖ ਕੇ ਜਰਦੇ ਨਹੀਂ ਹੈਗੇ ਗੇ, ਅਸੀਂ ਤਾਂ ਭੈਣਾਂ ਵਾਂਗੂ ਰਹਿੰਦੇ ਹੋ, ਕਿਉਂ ਤੁਸੀਂ ਸਾਨੂੰ ਪਾੜਨ 'ਤੇ ਲੱਗੇ ਰਹਿੰਦੇ ਹੋ। ਤੂੰ ਵੀਰ ਡੱਫਲ ਹੈ, ਜਿਹੜਾ ਕੋਈ ਡੱਫਣ ਹੈ ਖਾ ਲੈ, ਖਾਣਾ ਹੀ ਆਉਂਦਾ ਤੈਨੂੰ, ਮੰਗਾਉਣਾ ਨਹੀਂ ਆਉਂਦਾ, ਤੂੰ ਮੈਨੂੰ ਗੱਲਾਂ ਨਾ ਸਿਖਿਆ, ਤੂੰ ਤਾਂ ਇੱਕ ਬਾਂਦਰੀ ਨਹੀਂ ਸੀ ਲੋਟ, ਆ ਹੁਣ ਤਾਂ ਤੁਸੀਂ ਦੋ ਹੋ ਗਈਆਂ, ਇੱਕਾ ਘਰ ਲਿਆ, ਤੁਸੀਂ ਤਾਂ ਮੈਨੂੰ ਘਰੋਂ ਕੱਢਣਾ ਨਹੀਂ ਗੱਲਾਂ ਕਰਦੀ ਹੋ ਨਾ। ਆ ਸਰੀਕਿਆਂ ਦੇ ਸਾਰੀਆਂ ਦੇ ਸੰਧਾਰੇ ਆ ਗਏ, ਇਕੱਲਾ ਇਹਦਾ ਹੀ ਨਹੀਂ ਆਇਆ, ਖਬਰ ਕਹੀ ਜੀ ਕੜਮੀ ਹੈ, ਜਦੋਂ ਜਨਮ ਲਿਆ ਮਾਂ ਨੂੰ ਖਾ ਗਈ, ਇਕੱਲਾ ਹੀ ਨਹੀਂ, ਹੁਣ ਪਤਾ ਨਹੀਂ ਕਿਹਨੂੰ ਖਾਊਗੀ ਇਹ। ਮਾਂ ਬੋਲਣ ਲੱਗੇ ਸੋਚ ਤਾਂ ਲਿਆ ਕਰੋ ਇੱਕ ਵਾਰੀ, ਕਿਹੋ ਜਿਹੇ ਗੱਲਾਂ ਕਰੀ ਜਾਂਦੇ ਹੋ, ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਤੁਹਾਨੂੰ, ਨਾਲੇ ਇਸ ਉਮਰ 'ਚ ਜਮਾ ਹੀ ਨਹੀਂ। ਮਾਂ ਜੇ ਮੇਰੀ ਮਾਂ ਹੁੰਦੀ ਨਾ, ਆਹ ਦਿਨ ਮੈਨੂੰ ਕਦੇ ਨਹੀਂ ਦੇਖਣੇ ਪੈਣੇ ਸੀ, ਮੇਰੀ ਮਾਂ ਦਾ ਤਾਂ ਤੁਹਾਨੂੰ ਉਦੀ ਪਤਾ ਲੱਗ ਗਿਆ ਸੀ ਜਿੱਦੇ ਤੁਸੀਂ ਮੈਨੂੰ ਵਿਆਹ ਕੇ ਲਿਆਏ ਸੀ, ਮੈਂ ਤਾਂ ਆਪ ਹੀ ਬਹੁਤ ਕਿਸਮਤ ਹਾਂ, ਸੱਚੀ ਗੱਲ ਆ ਤੁਹਾਡੀ, ਮੈਂ ਤਾਂ ਜੰਮਦਿਆਂ ਸਾਰੀ ਆਪਦੀ ਮਾਂ ਨੂੰ ਖਾ ਲਿਆ। ਉਹ ਭੈਣੇ ਮਾਂ ਦਾ ਤਾਂ ਸੁਭਾਅ ਇਹ ਜਿਹਾ ਕੁਛ ਗੱਲਾਂ ਕਰਨ ਦਾ, ਤੂੰ ਕਿਹਾ ਆਪਦੇ ਦਿਲ 'ਤੇ ਲਾਈ ਜਾਂਦੀ ਹੈ, ਕੋਈ ਨਹੀਂ। ਆਹੋ ਮਾਂ ਦਾ ਤਾਂ ਦਿਮਾਗ ਹੱਲਿਆ ਹੋਇਆ, ਕਮਲੀ ਆ ਜਾ ਵੱਡਿਆਂ ਦੀ ਪੁੱਤੀ ਜਿਹੜੀ ਤੁਹਾਡੇ ਨਾਲ ਮੱਥਾ ਮਾਰਦੀ ਹੈ। ਬਸ ਕਰਿਆ ਕਰ ਮਾਂ, ਕਿਸੇ ਟਾਈਮ ਦਾ ਚੁੱਪ ਕਰ ਜਾ ਕਰ,
ਜੇ ਉਹ ਖਾ ਰਹੀ ਉਹਨੂੰ ਉਹ ਵੀ ਨਹੀਂ ਖਾਣ ਦਿੰਦੀ ਤੂੰ, ਕਦੋਂ ਉਹਦਾ ਚੁੱਪ ਕਰ ਜਾ ਕਰ। ਧੋਪੇ ਲਾ ਦੇ ਲਿਆ ਕੇ ਸੂਈ ਮੇਰੇ, ਆ ਬੁੱਲ ਜੇ ਸਿਉਂਦੇ ਮੁੜ ਕੇ ਬੋਲੂੰਗੀ ਨੀ। ਅਮਨ ਭੈਣੇ ਮੇਰੀ ਗੱਲ ਤਾਂ ਸੁਣ, ਚਾਹ ਤਾਂ ਪੀ ਜਾਂਦੀ ਉਹ ਹੋ ਬਹਿਣੀ ਕਿ ਨਹੀਂ, ਤੁਸੀਂ ਉਹੀ ਖਾ ਲਓ ਫਿਰ। ਖਾ ਲੂੰਗੀ ਬਥੇਰਾ, ਮੇਰੇ ਕਿ ਨਾਗਦਾ ਨੀ। ਬੀਬੀ ਹਾਂ, ਮੈਂ ਕਹਿੰਦੀ ਸੀ ਦੇਖੀ ਬੜੀ ਸੋਹਣੀ ਹਵਾ ਜੀ ਚੱਲੀ ਜਾਂਦੀ ਹੈਗੀ। ਹਾਂ ਮੈਨੂੰ ਵੀ ਜਿੰਦੀ ਬਲਾਈ ਸੋਹਣੀ ਚੱਲਦੀ, ਠੰਡੀ ਠੰਡੀ ਹਵਾ। ਫਿਰ ਗੁੜ ਜਾ ਕੋਲ ਨਾ ਆ ਮੱਠੀਆਂ ਦੇ ਗੁਲਗੁਲਿਆਂ ਨੂੰ ਬੜਾ ਹੀ ਜੀ ਜਾ ਕਰੀ ਜਾਂਦਾ ਸੀ। ਅੱਛਾ ਮੱਠੀਆਂ ਗੁਲਗੁਲਿਆਂ ਨੂੰ ਜੀ ਕਰਦਾ ਨਾ, ਉਰੇ ਚੜਾਵੇਂਗੀ ਕੜਾਈਆ, ਤੇਰੀ ਮਾਂ ਨੂੰ ਕਹਿ ਦੇ ਸੰਧਾਰਾ ਲੈ ਕੇ ਆਜੂ ਮੱਠੀ ਗੁਲਗੁਲਾ, ਉਹ ਨਹੀਂ ਲੈ ਕੇ ਆਉਂਦੀ ਹੁਣ। ਉਹਨੂੰ ਤਾਂ ਫਿਰ ਮੈਂ ਮਨਾ ਕਰਤਾ ਸੀ, ਮੈਂ ਕਿਹਾ ਆਈ ਨਾ। ਕਿਉਂ ਮਨਾ ਕਰਤਾ ਸੀ? ਮੈਥੋਂ ਪੁੱਛੇ ਬਿਨਾ ਬੜਮਾ ਬਣ ਗਈ ਤੂੰ। ਜਦੋਂ ਮਾਂ ਆਪਾਂ ਨੇ ਆਪਣੀ ਕੁੜੀ ਨੂੰ ਸੰਧਾਰਾ ਦੇਣ ਜਾਂਦੇ ਉਹਦੇ ਤਾਂ ਤੂੰ ਕਹਿੰਦੀ ਸੀ ਵੀ ਉਹਨਾਂ ਘਰੇ ਬਥੇਰਾ ਗੁੱਸਾ ਹੈ, ਪਰ ਆਪਣੇ ਘਰੇ ਵੀ ਬਥੇਰਾ ਗੁੱਸਾ ਹੈ। ਮੈਂ ਵੀ ਕਹਿਤਾ ਸੀ ਵੀ ਰਹਿਣ ਦੇ, ਮੈਂ ਕਿਹੜਾ ਫਿਰ ਦੋ ਮੱਠੀਆਂ ਦੀ ਭੁੱਖੀ ਹਾਂ। ਅੱਛਾ ਹੁਣ ਤੂੰ ਮੇਰੀ ਮਾਂ ਦਾਦੀ ਕਹਾਂ ਮੈਂਗੀ, ਪੁੱਛ ਲਿਆ ਕਰ ਪਹਿਲਾਂ, ਆਪਦੇ ਆਪ ਕਰਤਾ ਮਨਾ ਕਰਤਾ ਮੈਂ ਤਾਂ। ਉਹ ਤਾਂ ਮਤੇਰਦੀ ਹੈ, ਤੂੰ ਤਾਂ ਢਿੱਡੋਂ ਜਾਈ ਬੈਠੀ ਹੈਗੀ, ਤੇਰੀ ਮਾਂ ਤਾਂ ਸਕੀ ਬੈਠੀ ਹੈ, ਉਹ ਤਾਂ ਲਿਆ ਸਕਦੀ ਹੈ। ਆਏ ਵਾਰ ਲਿਆਉਂਦੀ ਹੋਈ ਸੀ, ਮੈਨੂੰ ਆਇਆ ਸੀ ਮੈਂ ਕਿਹਾ ਜੇ ਮਾਂ ਮੱਠੀਆਂ ਗੁਲਗੁਲੇ ਲੈ ਕੇ ਆਊਗੀ, ਸੰਧਾਰਾ ਲੈ ਕੇ ਆਊਗੀ, ਫਿਰ ਬਾਪੂ ਦਾ ਮਨ ਦੁਖੀ ਹੋਊਗਾ ਵੀ ਇਹਦੀ ਮਾਂ ਤਾਂ ਆ ਗਈ ਵੀ ਅਸੀਂ ਕੁੜੀ ਕੋਲ ਗਏ ਹੀ ਨਹੀਂ। ਲੈ ਦੇਖ ਲੈ ਬਾਪੂ ਦਾ ਮਨ ਦੁਖੀ, ਗੱਲ ਕਿਉਂ ਬਾਪੂ ਦਾ ਕਾਹਤੋਂ ਮਨ ਦੁਖੀ ਹੋਊਗਾ? ਤੂੰ ਸਮਾਨ ਮੰਗਾ, ਕਿਸੇ ਦਾ ਨਹੀਂ ਦਿਲ ਦੁਖੀ ਹੁੰਦਾ, ਲਿਆਓ ਅਤੇ ਖਾਓ। ਨਾਲੇ ਮੇਰੀ ਇੱਕ ਗੱਲ ਸੁਣ ਲੈ, ਤੂੰ ਵਿੱਚ ਨਾ ਕੁੜੀ ਨੂੰ ਨਕੜੀ ਸਿਆ ਕਰ, ਅਸੀਂ ਬੈਠੇ ਹਾਂ ਹਲੇ, ਅਸੀਂ ਜਿਵੇਂ ਮਰਜ਼ੀ ਉਹਨੂੰ ਕੁਛ ਦੇਈਏ ਕੁਛ ਨਾ ਦੇਈਏ, ਤੇਰਾ ਤਾਂ ਮਤਬਲ ਹੀ ਨਹੀਂ ਬਣਦਾ। ਤੂੰ ਵੱਡੀ ਬੜਮਾ ਕਹਾਉਣੀ ਹੈ, ਸਾਥੋਂ ਉੱਤੋਂ ਦੀ ਹੋ ਕੇ ਜਾਵੇਗੀ ਹੈ। ਤੁਸੀਂ ਤਾਂ ਫਿਰ ਆਪਣੇ ਆਪ ਤਾਂ ਕਦੀ ਕਿਹਾ ਨਹੀਂ ਹੈਗਾ ਵੀ ਕੁੜੀ ਨੂੰ ਸੰਧਾਰਾ ਦੇ ਆਉਂਦੇ ਹਾਂ ਭਾਈ, ਫਿਰ ਕੀ ਆ ਉਹ ਵੀ ਉੱਥੇ ਦਰਾਣੀ ਜਠਾਣੀਆਂ 'ਚ ਬੈਠੀ ਹੈਗੀ, ਇੱਥੇ ਮੈਨੂੰ ਤਾਂ ਕੋਈ ਕਹਿਣ ਵਾਲਾ ਹੈ ਨਹੀਂਗਾ। ਫਿਰ ਬੈਠੀ ਰਹਿਣ ਦੇ, ਬੈਠੀ ਹੈ ਬੈਠੀ ਰਹਿਣ ਦੇ, ਵਿਆਹਤੀ ਵਰਤੀ ਹੁਣ ਚੱਕੀ ਫਿਰੋ ਪੀਪੇ ਸੰਧਾਰੇ ਕੀ ਗੱਲ। ਨਾਲੇ ਇੱਕ ਗੱਲ ਕੰਨ ਖੋਲ੍ਹ ਕੇ ਸੁਣ ਲੈ ਮੇਰੀ, ਹੁਣ ਉਹ ਆਉਂਦੀ ਨਹੀਂ, ਘੱਟ ਆਉਂਦੀ ਹੈ, ਮੂੰਹ ਨਹੀਂ ਲਾਉਂਦੇ। ਜੇ ਉਹਨੂੰ ਮੂੰਹ ਲਾਉਣ ਲੱਗ ਗਈ ਇੱਥੇ ਆਜੂ ਬਚਰੇ, ਮੁੜ ਕੇ ਨਹੀਂ ਹੱਲਣੀ, ਵਾਰ ਵਾਰ ਦਿਊ ਗੇੜਾ ਉਰੇ ਜ਼ਮੀਨ 'ਚੋਂ ਲੈ ਜੂ ਅੱਧ ਮੰਡਾ ਕੇ। ਆ ਕੱਲ ਨੂੰ ਹੱਥ ਮਾਰ ਲਿਆ ਕਰ ਮਾੜਾ ਮੋਟਾ, ਵੱਡੀ ਸਿਆਣੀ ਕਹਾਉਂਦੀ ਹੈ ਹੁਣ ਤਾਂ। ਕੀ ਹੋ ਗਿਆ ਵਾ? ਵੀ ਆਹ ਦੇਖ ਲੈ ਭਾਈ, ਆਖੇ ਮੱਠੀਆਂ ਗੁਲਗੁਲੇ ਪਕਾ ਲਈਏ, ਮਹਾਂ ਤੇਰੀ ਮਾਂ ਨਹੀਂ ਆਉਂਦੀ ਸੰਧਾਰਾ ਲੈ ਕੇ? ਨਾ ਮੇਰੀ ਮਾਂ ਤਾਂ ਮੈਂ ਮਨਾ ਕਰਤਾ ਕਿ ਜਦੋਂ ਤੁਸੀਂ ਨਹੀਂ ਕੁੜੀ ਕੋਲੇ ਜਾਂਦੇ, ਲੈ ਮੇਲੇ ਦਿੰਦੀ ਹਲ ਤਾਂ ਮਠਿਆਰ ਮਠਿਆਰ ਕੇ ਮੈਨੂੰ। ਆਹੋ ਉਹਨਾਂ ਨੂੰ ਤਾਂ ਮਨਾ ਕਰਨਾ ਹੀ ਸੀ, ਜਦੋਂ ਘਰੇ ਤੈਨੂੰ ਸਾਰਾ ਕੁਛ ਦਿੰਦਾ ਨਾ ਵੀ ਇੱਥੇ ਪਿਆ ਇੱਥੇ ਬਣਾ ਲੈਣੀ ਆ ਖਾ ਲੈਣੀ ਆ, ਤੇ ਉਹਨਾਂ ਨੂੰ ਮੇਰੇ ਸਾਲਿਆਂ ਨੂੰ ਕਹਿਦਾ ਸੀ ਨੰਗ ਹੁੰਦੇ ਸੀ ਉਹ ਇੱਕ ਪੀਪੇ ਨਾਲ। ਨਾ ਤੁਸੀਂ ਨੰਗ ਹੋ ਜਾਓਗੇ ਫਿਰ ਇੱਕ ਪੀਪੇ ਨਾਲ, ਜੇ ਕੁੜੀ ਨੂੰ ਦੇ ਆਓਗੇ ਫਿਰ ਕਿੱਡੀ ਗੱਲ ਹੈ। ਸਾਡੀ ਤਾਂ ਮਤਰੇ ਆ, ਸਾਡੇ ਨਾਲ ਕੀ ਬਣਦੀ ਆ ਉਹਦੀ, ਨਾਲੇ ਜੇ ਕੱਲ ਨੂੰ ਉਹਨੂੰ ਸੰਧਾਰੇ ਦੇਣ ਲੱਗ ਗਏ ਨਾ ਇੱਥੇ ਅੱਧ ਵਡਾਊ, ਫਿਰ ਚੱਕੇਗੀ ਇੱਥੇ ਤਾਹਾਂ ਟਾਹਾਂ ਜੇ। ਉਹੀ ਤਾਂ ਕਹੀ ਜਾਂਦੀ ਆ ਖੰਨੇ 'ਚ ਨਹੀਂ ਵੜਦੀ ਗੱਲ। ਮੈਂ ਤੂੰ ਤਾਂ ਨਾ ਇਹਦੇ ਪਿੱਛੇ ਲੱਗਿਆ ਕਰ, ਤੇਰੀ ਤਾਂ ਉਹ ਧੀ ਹੈ, ਤੂੰ ਕਿਉਂ ਬੋਲਦੀ ਹੈਗੀ? ਕਿਉਂ ਮੱਥੋਂ ਚਪੇੜਾ ਨਾ ਖਾ ਲਈ, ਜਿਵੇਂ ਮੇਰੀ ਮਾਂ ਕਹੂਗੀ ਘਰ ਦੇ ਵਿੱਚ ਉਵੇਂ ਹੋਊਗਾ, ਇਹ ਨਹੀਂ ਹੈਗਾ ਵੀ ਚੱਕ ਕੇ ਅਸੀਂ ਲੋਕਾਂ ਨੂੰ ਸੁਧਾਰੇ ਦੇਈ ਜਾਈਏ। ਕਿਉਂ? ਮੇਰੀ ਉਹ ਢਿੱਡੋਂ ਜੰਮੀ ਹੈ, ਧੀ ਹੈ, ਬੈਠੀ ਰਹਿਣ ਦੇ ਜਿਹੀ ਜੀ ਹੈਗੀ ਹੈ ਮੈਨੂੰ ਸ਼ਕਲ ਦੀ, ਜੰਮਦੀ ਤਾਂ ਮਾਂ ਨੂੰ ਖਾ ਗਈ, ਹੁਣ ਕਲੈਣੀ ਪਤਾ ਨਹੀਂ ਕਿਹਦਾ ਸਿਰ ਲਊਗੀ। ਉਹ ਵਧੀਆ ਹੋ ਗਿਆ ਵਿਆਹ ਕੇ ਤਾਂ ਡੰਡਾ ਵੱਢਤਾ ਉਹਦਾ, ਨਹੀਂ ਇੱਥੇ ਆਪਾਂ ਨੂੰ ਲੈ ਕੇ ਮਰਦੀ ਉਹ, ਖਬਰ ਕਿਹਦੇ ਹੱਥ ਰੱਖੀ ਹੋਈ ਸੀ ਉਹਦੀ। ਦੇਖੀ ਕਿਵੇਂ ਬੋਲਦੇ ਨੇ ਉਹਨੂੰ, ਨਾ ਉਹ ਤੁਹਾਡਾ ਇੰਨਾ ਪਿਆਰ ਕਰਦੀ ਹੈ, ਉਹ ਤਾਂ ਸਾਰਾ ਦਿਨ ਭਾਈ ਭਾਈ ਕਰਦੀ ਰਹਿੰਦੀ ਹੈ, ਤੁਸੀਂ ਹੈ ਬੋਲਦੇ ਰਹਿੰਦੇ ਹੋ ਵੀ ਮੇਰਾ ਬਹੁਤ ਮਨ ਦੁਖਦਾ ਜਦੋਂ ਤੁਸੀਂ ਹੈ ਬੋਲਦੇ ਉਹਨੂੰ। ਐਂ ਕਰ ਜੇ ਤੇਰਾ ਮਨ ਦੁਖਦਾ ਨਾ, ਜੁੱਲੀ ਬਿਸਤਰਾ ਚੱਕ ਤੇ ਉਹਦੇ ਕੋਲੇ ਹੀ ਵਗ ਜਾ, ਇਹ ਨਾ ਹੋਵੇ ਫੜਕੇ ਗੁੱਤਨੀ ਘਰੋਂ ਬਾਹਰ ਕੱਢਦੇ ਆ, ਸਾਡੇ ਉੱਤੋਂ ਦੀ ਹੋ ਕੇ ਨਾ ਚੱਲਿਆ ਕਰ, ਜਿਵੇਂ ਕਹਿੰਦੇ ਆ ਘਰ ਦੇ ਵਿੱਚ ਉਵੇਂ ਚੱਲਿਆ ਕਰ। ਮੈਂ ਤਾਂ ਉਵੇਂ ਹੀ ਚੱਲਦੀ ਹੈਗੀ ਜਿਵੇਂ ਤੁਸੀਂ ਕਹਿ ਦੇ, ਮੈਂ ਤਾਂ ਇੱਕ ਕਹਿ ਹੀ ਸਕਦੀ ਹਾਂ ਤੁਹਾਨੂੰ, ਮੈਂ ਕਿਹੜਾ ਤੁਹਾਡੇ ਤੋਂ
ਉਤੋਂ ਦੀ ਹੋ ਕੇ ਜਾ ਸਕਦਾ। ਮੇਰੀ ਗੱਲ ਸੁਣ ਲੈ, ਬਾਲਾ ਉਹਦਾ ਪੱਖ ਜਾ ਲੈਣ ਦੀ ਲੋੜ ਨਹੀਂ ਹੈਗੀ। ਜੇ ਤੈਨੂੰ ਨਹੀਂ ਇਸ ਘਰੇ ਤਾਂ ਰਹਿਣਾ, ਆਪਦਾ ਚੱਕ ਜੁੱਲੀ ਤਾਂ ਪਰ ਤੂੰ ਵੀ ਆਪਦੇ ਪੇਕੇ ਉੱਡ ਜਾ, ਲੋੜ ਨਹੀਂ ਹੈਗੀ ਮੈਨੂੰ ਤਾਂ। ਮੈਂ ਤਾਂ ਹੋਰ ਵਿਆਹ ਕਰਾ ਲੂੰ। ਲੈ ਮੈਂ ਤਾਂ ਉਹ ਗੱਲ ਕਰਦੀ ਆ, ਤੁਸੀਂ ਤਾਂ ਹੋਰ ਕਿਤੇ ਗੱਲ ਕਰਦੀ। ਉਹ ਗੱਲ ਕਰਦਾ ਤੇਰਾ ਮਤਲਬ ਕੀ ਹੋਇਆ? ਜਦੋਂ ਜਿਵੇਂ ਮੇਰੀ ਮਾਂ ਨੇ ਕਹਿਤਾ ਵੀ ਨਹੀਂ ਭਾਈ ਅਸੀਂ ਸੁਨਾਰਾ ਦੇਣਾ। ਲੋਕਾਂ ਦੀਆਂ ਧੀਆਂ ਡੀਕਦੀਆਂ ਹੁੰਦੀਆਂ ਨੇ ਪੇਕਿਆਂ ਨੂੰ, ਫਿਰ ਤੂੰ ਤਾਂ ਡੀਕਿਆ ਨਹੀਂ। ਲੈ ਦਾ ਸਮਾਂ ਦੀ ਫੋਨ ਤੇ ਜਵਾਬ ਦੇਤਾ ਵੀ ਆਇਓ ਨਾ। ਕੋਈ ਨੀ, ਜੇ ਤੁਸੀਂ ਵੀ ਸੰਧਾਰਾ ਫੜਾਓਗੇ ਮੈਂ ਮੇਰੀ ਮਾਂ ਨੂੰ ਫੋਨ ਕਰ ਦੂੰਗੀ, ਉਹ ਵੀ ਫੜਾ ਜੂਗੀ। ਐ ਕਰ, ਤੇਰੀ ਮਾਂ ਨੂੰ ਕਹਿ ਦੇ ਸੰਧਾਰਾ ਦੇ ਜੂ, ਉਹੀ ਕਹਾਂ ਫੜਾਓਗੇ ਅਸੀਂ। ਫੜਾਓਗੇ ਫਿਰ ਆਪਾਂ ਬੂਥੜ ਦੇ ਨਾਲ ਖਾਲੀ ਮੱਥਾਂ। ਮੇਰੇ ਸਾਲੇ ਦੀ ਕਿਵੇਂ ਦੰਦੀਆਂ ਜੇ ਕੱਢਦੇ, ਜਾ ਕੇ ਚਾਹ ਬਣਾ ਦੇ ਘੁੱਟ। ਮਾਂ ਨੂੰ ਹੀ ਕਹਿ ਦੇ ਕਿ ਦੋ ਪੀਪੇ ਲੈ ਆਊਗੀ, ਇੱਕ ਗਾਹਾਂ ਫੜਾਓ, ਇੱਕ ਤੈਨੂੰ ਫੜਾ ਜੂਗੀ। ਇੰਨਾ ਸ਼ੁਕਰ ਕਰ, ਇੱਥੇ ਘਰ ਬੰਨਤਾ ਮੇਰੀ ਮਾਂ ਨੇ ਆ ਕੇ। ਨਹੀਂ ਇੱਥੇ ਇਹਨਾਂ ਦੇ ਕੀ ਸੀ ਨੰਗਾਂ ਦੇ? ਦੰਦੀਆਂ ਜੀਆਂ ਕੱਢਦੀ ਆ ਹਲੇ ਤਾਂ ਮੂਹਰੇ। ਮਾਂ ਮੈਨੂੰ ਛੱਡ ਕੇ ਕਿੱਥੇ ਭਾਗੇ ਤੋਂ, ਕਿਉਂ ਆਪਦੀ ਧੀ ਨੂੰ ਇਕੱਲੇ ਨੂੰ ਛੱਡ ਕੇ? ਰੱਬਾ ਜਦੋਂ ਤੂੰ ਮੇਰੀ ਮਾਂ ਨੂੰ ਲੈ ਗਿਆ ਸੀ, ਮੈਨੂੰ ਬਦਕਿਸਮਤ ਨੂੰ ਕਿਉਂ ਇੱਥੇ ਛੱਡਿਆ? ਮੈਨੂੰ ਵੀ ਚੱਕ ਲੈਂਦਾ। ਮਾਂ ਬਾਪੂ ਵੀ ਇੰਨਾ ਮਜਬੂਰ ਹੈ ਕਿ ਆਪਦੀ ਧੀ ਕੋਲ ਆ ਨਹੀਂ ਸਕਦਾ। ਉਹਦੇ ਵੀ ਪੈਰਾਂ 'ਚ ਬੇੜੀਆਂ ਪਾ ਦੀਆਂ ਮਾਂ। ਆਪਦੀ ਧੀ ਨੂੰ ਆਪਦੇ ਕੋਲੇ ਬੁਲਾ ਲਾ ਮਾਂ। ਓਏ ਅਮਨ, ਕੀ ਗੱਲ ਹੋ ਗਈ, ਕਿਉਂ ਰੋਈ ਜਾਨੀ ਆ ਤੂੰ? ਕੁਛ ਨਹੀਂ ਹੋਇਆ ਜੀ, ਮੈਨੂੰ ਸਮਝ ਨਹੀਂ ਆਉਂਦੀ। ਦੇਖੀ ਮਾਂ ਨੂੰ ਸਾਰਾ ਕੁਛ ਪਤਾ ਮੇਰੇ ਪੇਕਿਆਂ ਬਾਰੇ, ਪਰ ਫਿਰ ਵੀ ਮੈਨੂੰ ਸੰਧਾਰੇ ਦੀ ਮੀਣੇ ਦਿੰਦੀ ਆ। ਮੈਨੂੰ ਐਂ ਦੱਸੋ ਵੀ ਮੇਰਾ ਕੀ ਕਸੂਰ ਆ? ਤੇਰਾ ਕੋਈ ਕਸੂਰ ਨਹੀਂ ਬੀਬੀ, ਐਂ ਕਾਹਦੇ ਵਾਸਤੇ ਕਰਦੀ ਹੁੰਦੀ ਹੈ? ਖੜੀ ਹੋ ਤੂੰ, ਐਂ ਕਰ ਵੀਰ, ਇਹਨੂੰ ਪੱਲੀ ਲਿਆ ਕੇ ਦੇ ਦੇ, ਇਹ ਬੈਠ ਕੇ ਰੋ ਲੂਗੀ ਇਹਦੇ ਪੇਕੀ ਕੋਈ ਮਰ ਗਿਆ। ਓਹੋ ਬੀਬੀ, ਇਹ ਗੱਲ ਕੋਈ ਕਹਿਣ ਵਾਲੀ ਹੈਗੀ? ਤੂੰ ਕਾਹਦੇ ਵਾਸਤੇ ਇਹਦੇ ਨਾਲ ਲੜਦੀ ਰਹਿੰਦੀ ਹੈਗੀ? ਦੱਸ ਆਪਾਂ ਕੀ ਕਰਾਉਣਾ ਸੰਧਾਰਿਆਂ ਤੋਂ? ਹਾਂ ਹਾਂ ਮੈਂ ਲੜਦੀ ਰਹਿੰਦੀ ਹਾਂ, ਇਹ ਤਾਂ ਬਹੁਤ ਜ਼ਿਆਦਾ ਸਿਆਣੀ ਬਣ ਰਹੀ ਆ ਹੁਣ। ਆਹ ਗੱਲਾਂ ਤਾਂ ਦੇਖ ਲੈ ਕਿਵੇਂ ਕਰ ਰਹੀ, ਉਹ ਵੀ ਪੂੰਜੇ ਬੈਠ ਕੇ ਰੋ ਕੇ। ਕਿਉਂ ਕੁੜੇ, ਮਾੜੇ ਸਗਨ ਕਾਹਤੋਂ ਕਰਦੀਆਂ? ਤੇਰਾ ਤਾਂ ਪਹਿਲੇ ਪਤਾ ਚੰਦਰੀਏ ਵੀ ਤੂੰ ਕਹੀ ਜੀ ਹੈ ਕਲੇ ਨਹੀਂ। ਬੀਬੀ ਇਹਦਾ ਕੀ ਕਸੂਰ ਹੈ? ਜੇ ਇਹਦੀ ਸਕੀ ਮਾਂ ਜਿਉਂਦੀ ਹੁੰਦੀ ਅੱਜ ਇਹਨੂੰ ਇਹ ਦਿਨ ਹੀ ਨਹੀਂ ਸੀ ਦੇਖਣੇ ਪੈਂਦੇ। ਇਹਦੀ ਮਤਰੇਈ ਮਾਂ ਹੈਗੀ, ਨਹੀਂ ਪੁੱਛਦੀ ਫਿਰ ਇਹਦਾ ਕੀ ਕਸੂਰ ਹੈ ਇਹਦੇ ਵਿੱਚ? ਕਸੂਰ ਤਾਂ ਮੇਰਾ ਵੀਰ ਜਿਹੜਾ ਤੈਨੂੰ ਉੱਥੇ ਵਿਆਹ ਲਈ। ਆਹ ਬੋਲਣ ਵੀ ਦੇਖ ਲਾ ਤੀਵੀਂ ਦੇ ਮਗਰ ਲੱਗ ਕੇ ਕਿਵੇਂ ਲੱਗ ਗਿਆ। ਆਈ ਨਹੀਂ ਦੇਖਦਾ ਵੀ ਮੇਰੀ ਮਾਂ ਹੈ? ਬੇ ਆਹ ਸਾਰਿਆਂ ਦੇ ਸੰਧਾਰੇ ਆ ਗਏ ਗਮਾਂਢ 'ਚ, ਬਾਹਰ ਨਿਕਲ ਜਾਓ ਗਰੀਣੀ। ਅਗਲਾ ਕਹਿੰਦਾ ਆਹ ਤੇਰੀ ਦੂਜੀ ਨੂੰਹ ਦੇ ਪੇਕੇ ਤੋਂ ਕੋਈ ਆਇਆ ਹੀ ਨਹੀਂ, ਇਹ ਮੈਂ ਕਿੱਥੇ ਸੋਚ ਲਿਆ ਵੀ ਮੈਂ ਤੈਨੂੰ ਵਿਆਹ ਲਿਆ ਮਾਂ। ਇੱਦੂ ਤਾਂ ਮੈਂ ਮੇਰਾ ਪੁੱਤ ਕੁਮਾਰਾ ਰੱਖ ਲੈਂਦੀ, ਮੈਂ ਪਾਈਆ ਸੰਧਾਰਾ ਤਾਂ ਲੈ ਕੇ ਪਹੁੰਚ ਨਹੀਂ ਸਕਦੇ। ਕੀ ਇਹ ਲੈ ਕੇ ਆਊਗੀ ਗੱਡੇ ਭਰ ਕੇ ਆਪਦੇ ਪੇਕਿਆਂ ਤੋਂ ਕਿਸੇ ਨੰਗ ਦੀ? ਮਾਂ ਤੂੰ ਚੁੱਪ ਕਰ ਜਾ, ਮੰਨ ਲੈ ਮੇਰੀ ਗੱਲ, ਇਹੋ ਜਿਹੇ ਕਲੇਸ਼ ਨਹੀਂ ਪਾਈ ਦੇ ਹੁੰਦੇ ਘਰੇ। ਅਮਨ ਤੂੰ ਚੁੱਪ ਕਰ, ਇਹਨਾਂ ਗੱਲਾਂ ਤੋਂ ਕੁਛ ਨਹੀਂ ਲੈਣਾ, ਤੂੰ ਚੱਲ ਇੱਧਰ। ਹਾਂ ਕਹਿੰਦੇ ਕੁਛ ਨਹੀਂ ਲੈਣਾ, ਮੈਨੂੰ ਚੁੱਪ ਕਰਾਏਗਾ, ਆਪ ਤਾਂ ਤੂੰ ਬੋਲਦਾ ਨਹੀਂ, ਮੈਨੂੰ ਵੀ ਚੁੱਪ ਕਰਾ ਦੇ। ਇੱਧਰ ਕਿੱਧਰ ਜਾਨੀ ਆ, ਕੰਮ ਬਣ ਗਏ ਤੇਰੇ ਪਤੰਦਰ ਸਾਰੇ। ਉਹ ਬੀਬੀ ਕਰ ਲੈਂਦੀ ਹੈ ਕੰਮ, ਨਾ ਲੜਿਆ ਕਰ, ਕਿਉਂ ਕਲੇਸ਼ ਪਾ ਲੈਂਦੀ ਹੁੰਦੀ ਆ? ਛੋਟੀਆਂ ਛੋਟੀਆਂ ਗੱਲਾਂ ਪਿੱਛੇ ਐਵੇਂ ਘਰੇ ਕਲੇਸ਼ ਪਾ ਲੈਂਦੀ ਆ ਤੂੰ? ਹੋਰ ਬੇ ਮੈਂ ਕਲੇਸ਼ ਨਹੀਂ ਪਾਉਂਦੀ, ਮੈਂ ਸਹੀ ਗੱਲ ਕਹਿੰਦੀ ਆ, ਜੇ ਇਹਨੂੰ ਮਾੜਾ ਮੋਟਾ ਕਹੇ ਤਾਂ ਉਹ ਟਾਈਮ ਸਿਰ ਪਹੁੰਚਣ। ਜਦੋਂ ਅੱਜ ਤੋਂ ਪਿੱਛੇ ਹਟ ਕੇ ਬਹਿ ਗਏ, ਬੇ ਤੈਨੂੰ ਕੁਛ ਨਹੀਂ ਦੇਣਾ ਕਮਲਿਆ, ਉਹਨਾਂ ਨੇ ਕੁਛ ਨਹੀਂ ਦੇਣਾ, ਇਹਦਾ ਵੀ ਤਾਂ ਹਿੱਸਾ ਬਣਦਾ ਉੱਥੇ। ਆ ਮੱਚਣਾ ਇੰਨਾ ਕੁ ਤਾਂ ਹੋਊਗਾ ਵੀ ਪਾਈਆ ਮੱਠੀਆਂ ਤਾਂ ਫੂਕ ਜਾਣ, ਦੇ ਜਾਣਾ। ਚੱਲ ਕੋਈ ਗੱਲ ਨਹੀਂ ਬੀਬੀ, ਤੇਰੇ ਮੂਹਰੇ ਹੱਥ ਬੰਨਦਾ, ਤੂੰ ਚੁੱਪ ਕਰ ਜਾ, ਮੰਗਾ ਲੂਗੀ ਸਾਰਾ ਕੁਛ। ਹੋਰ ਘਰੇ ਨਾ ਕਲੇਸ਼ ਪਾਇਆ ਕਰੋ। ਆਹੋ ਉਹਨੂੰ ਨਾ ਕਹਿਣ ਦੇ। ਕਾਲਯੁਗ ਆ ਗਿਆ ਵੀਰ,
ਮਾਵਾਂ ਨੂੰ ਤਾਂ ਮੋੜ ਕੇ ਕਹਿ ਦੇਣਗੇ, ਤੀਵੀਆਂ ਨੂੰ ਨਹੀਂ ਕਿਹਾ ਜਾਂਦਾ, ਤੀਵੀਆਂ ਤੋਂ ਡਰ ਲੱਗਦਾ ਭਣਾਵਾਂ ਤੋਂ। ਆ ਇੱਕ ਕਮਲੀ ਬਾਜਾ, ਹਰੇਕ ਗੱਲ 'ਚ ਦੀਦੀ ਦੀਦੀ ਕਰਦੀ ਰਹੂਗੀ, ਐਂ ਨਹੀਂ ਕਹਿੰਦੀ ਵੀ ਬਰਾਬਰ ਸੰਧਾਰਾ ਮੰਗਾ, ਜਦੋਂ ਮੇਰਾ ਆ ਗਿਆ ਤੇਰਾ ਕਿਉਂ ਨਹੀਂ ਆਇਆ, ਸਮਾਂ ਉਹਦੇ ਸਾਹਮਣੇ ਵਡਿਆਈਆਂ ਕਰਨ ਲੱਗ ਜੂ, ਇਹਦਾ ਕੀ ਕਸੂਰ ਹੈ, ਤੂੰ ਕਿਉਂ ਮੰਮੀ ਬੋਲਦੀ ਹੈ। ਵੱਡੀ ਆਈ ਇਹ ਜਠਾਣੀ ਵਾਲੀ, ਵੀ ਤੈਨੂੰ ਨਹੀਂ ਪਤਾ ਦਰਾਣੀਆਂ ਜਠਾਣੀਆਂ ਤਾਂ ਵੀਰ ਮੇਰੇ ਵੀ ਸੀ, ਤੁਸੀਂ ਇਕੱਲੀਆਂ ਨਹੀਂ ਹੈਗੀਆਂ ਦਰਾਣੀ ਜਠਾਣੀ, ਕਿਵੇਂ ਕੱਟੀ ਦਾ ਨਾ ਅੱਗੇ ਜਾ ਕੇ ਪਤਾ ਲੱਗੂ ਦਰਾਣੀ ਜਠਾਣੇ ਹੁੰਦੇ ਕੀ ਨੇ। ਕਿਹਨੂੰ ਕਹਾਂ ਜਦੋਂ ਮੇਰਾ ਆਪਦਾ ਮੁੰਡਾ ਕਮਲਾ ਹੈ, ਜੇ ਸਿਆਣਾ ਹੋਵੇ ਤਾਂ ਕਹੇ ਵੀ ਜਦੋਂ ਦੂਜੇ ਦੀ ਚੀਜ਼ ਬਰਾਬਰ ਆ ਰਹੀ ਹੈ ਸਹੁਰਿਆਂ ਤੋਂ, ਮੇਰੇ ਸਹੁਰਿਆਂ ਤੋਂ ਕਿਉਂ ਨਹੀਂ ਆਈ, ਤੂੰ ਮੰਗਾ, ਕਿੱਥੇ 4 ਦਿਨ ਪਹਿਲਾਂ ਮੰਗਾਵੇ, ਇਹ ਤਾਂ ਆਪ ਮਾਂਗਰ ਲੱਗਿਆ ਫਿਰਦਾ ਹੈਗਾ। ਕਿਹਨੂੰ ਕਹਾਂ ਦੋਸਤ ਕਿਹਨੂੰ ਦੇਵਾਂ ਜਦੋਂ ਢਿੱਡ ਆਪਦਾ ਵਿਗੜ ਗਿਆ। ਬਾਪੂ ਜੀ ਹਾਂ ਸਿਰਾ ਆ ਲਓ ਚਾਹ ਪੀ ਲਓ। ਲਿਆ ਭਾਈ ਉੱਧਰ ਸਿਰਾ ਕੀ ਰੌਲਾ ਜਿਹਾ ਪਾ ਰੱਖਿਆ ਸੀ ਤੁਸੀਂ? ਰੌਲਾ ਬਾਪੂ ਤੁਹਾਨੂੰ ਪਤਾ ਹੀ ਹੈ ਮਾਂ ਦਾ, ਮੈਂ ਤਾਂ ਉਹੀ ਗੱਲ ਜੀ ਛੇੜੀ ਸੀ ਅੱਜ, ਮੈਂ ਕਿਹਾ ਹਵਾ ਜੀ ਵਧੀਆ ਚੱਲੀ ਜਾਂਦੀ ਹੈ, ਮੌਸਮ ਵਧੀਆ, ਮਾਂ ਗੁੜ ਪਿਉਂ ਲੈਂਦੇ ਹਾਂਗੇ, ਵੀ ਮੱਠੀਆਂ ਗੁਲਗੁਲੇ ਕੱਢ ਲੈਂਦੇ ਹਾਂ, ਅਮਨ ਨੂੰ ਦੇ ਆਇਓ। ਉਹ ਭਾਈ ਤੂੰ ਕਾਹਨੂੰ ਇਹਨਾਂ ਨਾਲ ਪੰਗੇ ਲੈਣੀ ਹੁੰਦੀ ਹੈ, ਤੈਨੂੰ ਪਤਾ ਤਾਂ ਹੈਗਾ ਇਹਨਾਂ ਦਾ, ਪਹਿਲਾਂ ਕਿਹੜਾ ਉਹਦੇ ਕੋਲ ਰੋਜ਼ ਹੀ ਜਾ ਕੇ ਖੜਦੇ ਨੇ ਲੈ ਪੀਪੇ। ਮੈਂ ਵੀ ਬਾਪੂ ਦੇਖਦੀ ਸੀ ਵੀ ਕੀ ਕਹਿੰਦੇ ਨੇ, ਬਸ਼ਰਮੀ ਦਿੰਦੀ ਸੀ, ਕੀ ਪਤਾ ਮੈਨੂੰ ਆਏ ਸੀ ਵੀ ਸ਼ਰਮ ਦੇ ਮਾਰੇ ਬਾਗੀ ਜਾਣ, ਪਰ ਉਹ ਨਹੀਂ, ਉਹ ਤਾਂ ਦੋਨੇ ਮਾਂ ਪੁੱਤ ਸਗੋਂ ਮੇਰੇ ਗਲ ਪੈ ਗਏ। ਉਹ ਭਾਈ ਸੁੱਖ ਨਾਲ ਆਪਣੀ ਕੁੜੀ ਸੁੱਖ ਹੀ ਵੱਸਦੀ ਹੈ, ਉਹ ਕਿਹੜਾ ਇਹਨਾਂ ਦੀਆਂ ਮੱਠੀਆਂ ਦੀ ਝਾਕ 'ਤੇ ਬੈਠੀ ਹੈ, ਤੂੰ ਨਾ ਐਵੇਂ ਦੁਖੀ ਹੋਇਆ ਕਰ ਸ਼ੇਰਾ, ਫਿਰ ਤੇਰੇ ਨਾਲ ਕਲੇਸ਼ ਕਰਦੇ ਨੇ। ਬਾਪੂ ਮੈਨੂੰ ਤਾਂ ਆਮਣ ਦਾ ਹੁੰਦਾ, ਉਹ ਵੀ ਉੱਥੇ ਆਪਣੇ ਸਰੀਕੇ ਕਬੀਲੇ 'ਚ ਰਹਿੰਦੀ ਹੈਗੀ, 100 ਗੱਲਾਂ ਅਗਲਾ ਤਾਨੇ ਮਿਹਣੇ ਤਾਂ ਮਾਰਦਾ ਹੀ ਹੈ ਵੀ ਤੇਰੇ ਪੇਕਿਓਂ ਕੋਈ ਵੀ ਨਹੀਂ ਆਉਂਦਾ ਹੈਗਾ, ਮੈਨੂੰ ਤਾਂ ਸੀ ਵੀ ਕੀ ਪਤਾ ਵਗ ਜਾਣ ਇਹ। ਉਹ ਭਾਈ ਮੈਨੂੰ ਕਿਹੜਾ ਪਤਾ ਨਹੀਂ, ਸਾਰਾ ਪਤਾ ਸਿਰਾ, ਆਹੀ ਦੁੱਖ ਨੇ ਤਾਂ ਮੰਜੇ 'ਚ ਬਿਠਾ ਤਾ ਮੈਂ। ਮੈਂ ਵੀ ਇਹੀ ਸੋਚਦਾ ਸੀ ਵੀ ਮੇਰੀ ਧੀ ਕੋਲ ਇਹ ਜਾਣ ਮੈਂ ਜਾਵਾਂ, ਹੁਣ ਦੱਸ ਕਿਹੜੇ ਮੂੰਹ ਜਾਵਾਂ, ਮੇਰੇ ਤਾਂ ਪੈਰਾਂ 'ਚ ਬੇੜੀਆਂ ਪਾਰਖੀਆਂ ਨੇ ਇਹਨਾਂ ਨੇ, ਨਾ ਆਪ ਜਾਣਾ ਨਾ ਮੈਨੂੰ ਜਾਣ ਦੇਣਾ, ਬਸ ਸਿਰਾ ਮੰਜੇ 'ਚ ਬੈਠੇ ਰਾਮ ਰਾਮ ਕਰੀ ਜਾਂਦੇ ਹਾਂ। ਬਾਪੂ ਇੱਕ ਗੱਲ ਕਹਾਂ ਤੁਹਾਨੂੰ? ਕਹੋ ਭਾਈ। ਮੈਂ ਕਹਿੰਦੀ ਸੀ ਬਾਪੂ ਮੇਰੇ ਕੋਲ 1,000-1,200 ਰੁਪਇਆ ਪਿਆ, ਮੈਂ ਤੁਹਾਨੂੰ ਫੜਾ ਦਿੰਦੀ ਹੈਗੀ, ਤੁਸੀਂ ਵਗ ਜਾਓ ਅਮਨ ਕੋਲੇ, ਬਾਹਰੋਂ ਹੀ ਲੈ ਜਾਓ ਬਿਸਕੁਟ, ਇੱਕ ਡੱਬਾ ਲੈ ਜਾਓ। ਉਹ ਨਾ ਸਿਰਾ ਤੂੰ ਰਹਿਣ ਦੇ ਬਸ ਭਾਈ, ਇਹਨਾਂ ਨੇ ਨਾ ਕਿਤੋਂ ਨਾ ਕਿਤੋਂ ਪਤਾ ਕਰ ਲੈਣਾ ਵੀ ਇਹ ਸਮਾਨ ਦੇ ਕੇ ਆਏ ਨੇ ਜਾਂ ਉਹਦੇ ਕੋਲ ਜਾ ਕੇ ਆਏ ਨੇ, ਇਹ ਭਾਈ ਫੇਰ ਕਲੇਸ਼ ਕਰਨਗੇ ਆਪਣੇ ਨਾਲ, ਕਿਉਂ ਕਲੇਸ਼ ਪਾਉਣਾ ਧੀਏ ਘਰੇ? ਆਪਾਂ ਕਿਹੜਾ ਦੱਸਣਾ ਬਾਪੂ, ਦੇਖੀ ਜਾਊ ਬਾਅਦ ਦੀ ਬਾਅਦ 'ਚ, ਤੁਸੀਂ ਐਂ ਕਹਿ ਦਿਓ ਮੈਂ ਦਵਾਈ ਲੈਣ ਜਾਂਦਾ। ਨਾ ਨਾ ਭਾਈ ਤੂੰ ਸ਼ਰਾਬ ਦਾ ਕੰਮ ਕਰ ਲੈ ਜਾ ਕੇ, ਨਹੀਂ ਜਾਂਦੇ ਨਾ ਜਾਣ ਦੇ, ਕੋਈ ਗੱਲ ਨਹੀਂ। ਮੈਨੂੰ ਤਾਂ ਐਂ ਆ ਬਾਪੂ ਮੇਰੀ ਗੱਲ ਸੁਣ, ਕੁੜੀਆਂ ਇਹ ਤਾਂ ਭੁੱਖੀਆਂ ਨਹੀਂ ਹੁੰਦੀਆਂ ਹੈਗੀਆਂ ਵੀ ਸਾਨੂੰ ਹਾਏ ਹਾਏ ਕੁਛ ਹੋ ਗਿਆ ਸੀ। ਬਾਪੂ ਕੁੜੀਆਂ ਆਪਦੇ ਘਰੇ ਭਾਵੇਂ ਜਿੰਨੀਆਂ ਮਰਜ਼ੀ ਸੌਖੀਆਂ ਹੋਣ, ਪਰ ਪੇਕਿਆਂ ਦੀ ਉਡੀਕ ਤਾਂ ਹਮੇਸ਼ਾ ਹੀ ਰਹਿੰਦੀ ਹੈਗੀ ਵੀ ਮੇਰੇ ਪੇਕੇ ਮੇਰਾ ਸੰਧਾਰਾ ਲੈ ਕੇ ਆਉਣ। ਉਹ ਤਾਂ ਪਤਾ ਧੀਏ ਕੁੜੀਆਂ ਨੂੰ ਆਪਦੇ ਪੇਕਿਆਂ ਤੋਂ ਸੰਧਾਰੇ ਦੀ ਉਡੀਕ ਰਹਿੰਦੀ ਹੈ, ਮੈਂ ਤਾਂ ਇੱਕ ਐਡਾ ਬਦਕਿਸਮਤ ਬਾਪ ਹਾਂ ਆਪਦੀ ਧੀ ਨੂੰ ਮਿਲਣ ਵੀ ਨਹੀਂ ਜਾ ਸਕਦਾ, ਤੂੰ ਭਾਈ ਸੁਨਾਰਿਆਂ ਦੀ ਗੱਲ ਕਰਦੀ ਹੈ। ਬਾਪੂ ਚੱਲ ਤੂੰ ਨਾ ਮਨ ਦੁਖੀ ਕਰ, ਕੀ ਪਤਾ ਕਲੇਸ਼ ਪਾਏ ਤੋਂ ਬਾਗੀ ਜਾਣ, ਮੈਂ ਇੱਕ ਅੱਧੀ ਵਾਰੀ ਹੋਰ ਕਹਿ ਕੇ ਦੇਖਦੀ ਹਾਂ, ਕੀ ਪਤਾ ਮੰਨ ਜਾਣ। ਉਹ ਨਾ ਨਾ ਸ਼ੇਰਾ ਇਹਨਾਂ ਦੇ ਕੰਨ 'ਤੇ ਜੂ ਨਹੀਂ ਸਰਕਣੀ, ਕੀ ਫਾਇਦਾ ਭਾਈ, ਕਲੇਸ਼ ਹੀ ਪਊਗਾ, ਤੈਨੂੰ ਕੁੱਟਣਗੇ ਫਿਰ ਮੇਰਾ ਮਨ ਦੁਖੀ ਹੋਊਗਾ, ਤੂੰ ਰਹਿਣ ਦੇ ਭਾਈ। ਚੱਲ ਠੀਕ ਹੈ ਬਾਪੂ, ਕੁਛ ਨਹੀਂ ਕਰ ਸਕਦੇ ਆਪਾਂ ਤਾਂ, ਬੋਲ ਹੀ ਸਕਦੇ ਹਾਂ, ਆ ਚਾਹ ਪੀ ਲਓ ਤੁਸੀਂ। ਉਹ ਸ਼ੇਰਾ ਜੇ ਇਹਨਾਂ ਨੂੰ ਐਡੀ ਸਮਝ ਹੋਵੇ ਫਿਰ ਕਾਹਦੀਆਂ ਗੱਲਾਂ ਨੇ, ਆ ਸਿਆਣੇ ਸੱਚ ਹੀ ਕਹਿੰਦੇ ਨੇ, ਕਹਿੰਦੇ ਜਵਾਕਾਂ ਦੀ ਮਾਂ ਨਾ ਮਰੇ ਪਿਓ ਮਰ ਜਾਂਦਾ, ਇੱਦੂ ਤਾਂ ਰੱਬ ਮੈਨੂੰ ਚੱਕ ਲੈਂਦਾ, ਘੱਟੋ ਘੱਟ ਆਹ ਦਿਨ ਤਾਂ ਨਾ ਦੇਖਣੇ ਪੈਂਦੇ, ਮੇਰੀ ਧੀ
ਰੋਜ਼ ਉਡੀਕਦੀ ਹੋਊ ਵੀ ਮੇਰਾ ਬਾਪੂ ਆਉਂਦਾ ਹੋਊ। ਪਰ ਧੀਏ ਮੈਂ ਕੀ ਕਰਾਂ, ਮੈਂ ਮਜਬੂਰ ਹਾਂ ਜੇਰਾ, ਮੈਂ ਨਹੀਂ ਆ ਸਕਦਾ। ਰੱਬਾ ਦਿਨ ਦੇਖਣ ਤੋਂ ਪਹਿਲਾਂ ਮੈਨੂੰ ਚੱਕ ਕੇ ਉਹਨੂੰ ਲੈਂਦਾ ਵੇ। ਮੈਂ ਤੈਨੂੰ ਐਂ ਕਹਿੰਦਾ ਸੀ, ਮੈਂ ਆਪਾਂ ਬਾਜ਼ਾਰ ਵਗ ਜਾਂਦੇ, ਆਪਦਾ ਸਮਾਨ ਜਿਹੜਾ ਲੈਣਾ ਸੀ ਲੈ ਲੈਂਦੀ ਚੂੜੀਆਂ 'ਚ ਆਪਾਂ, ਨਾਲ ਇੱਕ ਅੱਧਾ ਸੂਟ ਲੈ ਲੈਂਦੀ। ਬਸ ਮੈਂ ਕਿਹੜੀਆਂ ਚੂੜੀਆਂ ਲੈਣੀਆਂ, ਪਾਈਆਂ ਹੋਈਆਂ ਸੂਟ ਮੰਮੀ ਨੇ ਭੇਜਤੇ ਸੀ ਬਹੁਤ ਆ। ਉਹ ਮੈਂ ਤਾਂ ਐਂ ਕਹਿੰਦਾ, ਸਾਉਣ ਦਾ ਮਹੀਨਾ ਹੈਗਾ, ਚੱਲ ਹਰੇਕ ਨੂੰ ਚਾਅ ਹੁੰਦਾ ਹੈਗਾ, ਨਾਲੇ ਮੈਂ ਸਮਾਨ ਸਮੂਨ ਲਿਆਉਂ ਕੱਪੜਾ ਲੀੜਾ, ਨਾਲੇ ਤੂੰ ਲੈ ਲੈਂਗੀ ਨਵੇਂ। ਤੂੰ ਤਾਂ ਮੂੰਹ ਬਣਾ ਕੇ ਬਹਿ ਗਈ ਤੜਕੇ ਦੀ, ਕੋਈ ਮੈਥੋਂ ਗਲਤੀ ਹੋ ਦੱਸ ਤੇ ਤੂੰ। ਤੁਹਾਡੇ ਤੋਂ ਨਹੀਂ, ਤੁਹਾਡੀ ਮਾਂ ਤੋਂ ਹੋਈ ਹੈ ਗਲਤੀ, ਸ਼ਾਇਦ ਤੁਹਾਡੀ ਮਾਂ ਤੋਂ ਵੀ ਨਹੀਂ, ਸਾਡੀ ਹੋਈ ਗਲਤੀ ਹੈ ਜਿਹੜਾ ਹਰੇਕ ਗੱਲ 'ਚ ਪੂਛ ਪੂਛ ਕਰਦੇ ਫਿਰਦੇ ਹਾਂ, ਤਾਂ ਹੀ ਮਿੰਟ ਪਿੱਛੋਂ ਏਡੇ ਏਡੇ ਮਹਿਣੇ ਮਾਰ ਜਾਂਦੇ ਨੇ ਮੰਮੀ। ਤੈਨੂੰ ਉਂਝ ਨਹੀਂ ਕੀ ਕਹਿਤਾ ਬੀਬੀ ਨੇ ਹੋਣਾ, ਵਧੀਆ ਤਾਂ ਦੇਖ ਉਹਦੇ ਮੰਮੀ ਡੈਡੀ ਵਰਗੇ ਉਹਨਾਂ ਨੂੰ ਵਧੀਆ ਬੁਲਾਇਆ ਚਲਾਇਆ। ਗੱਲ ਉਹ ਨਹੀਂ ਹੈਗੀ, ਅੱਜ ਸਵੇਰੇ ਜਦੋਂ ਅਸੀਂ ਚਾਹ ਪੀਣ ਲੱਗੇ, ਮੈਂ ਅਮਨ ਭੈਣ ਨੂੰ ਆਵਾਜ਼ ਮਾਰ ਲਈ, ਮੈਂ ਕਿਹਾ ਚਾਹ ਪੀ ਲਾ ਕੇ, ਅਤੇ ਉਹ ਵਿਚਾਰੀ ਚੱਕ ਕੇ ਮੱਠੀ ਖਾਣ ਲੱਗ ਗਈ। ਆਖੇ ਹਾਂ ਹਾਂ, ਲੋਕਾਂ ਦੇ ਸੰਧਾਰੇ ਖਾਣੀ ਹੈ, ਆਪਦੇ ਪੇਕਿਓਂ ਵੀ ਮੰਗਾ ਲਾ ਸੰਧਾਰਾ, ਇੰਨਾ ਟਾਈਮ ਹੋ ਗਿਆ, ਰੱਖੜੀਆਂ ਨਾਲ ਹੀ ਭੇਜਣ, ਇਹ ਕੋਈ ਗੱਲਾਂ ਨਹੀਂ ਕਹਿਣ ਵਾਲੀਆਂ ਹੈ। ਉਹਦਾ ਕਿਹੜਾ ਜੀ ਨਹੀਂ ਕਰਦਾ ਵੀ ਉਹਦੀ ਮਾਂ ਉਹਨੂੰ ਆ ਕੇ ਸੰਧਾਰਾ ਦੇ ਕੇ ਜਾਵੇ, ਬਹੁਤ ਮਜਬੂਰੀਆਂ ਹੁੰਦੀਆਂ ਨੇ ਬੰਦੇ ਦੀਆਂ। ਜੇ ਮੈਂ ਕਹਿਤਾ ਵੀ ਸਾਡੇ 'ਚ ਕਿਹੜਾ ਕੁਛ ਵੰਡਿਆ, ਇਹਦਾ ਸੰਧਾਰਾ ਕੀ, ਮੇਰਾ ਸੰਧਾਰਾ ਕੀ, ਮੇਰੀ ਮਾਂ ਨੇ ਸਾਡੇ ਦੋਨਾਂ ਦਾ ਹੀ ਭੇਜਿਆ। ਹਾਂ ਹਾਂ, ਤੂੰ ਇਹਦੀ ਮੇਰ ਲੈਣੀ ਹੈ, ਇਹ ਤੇਰੀ ਸ਼ਰੀਕਣੀ ਹੈ, ਤੂੰ ਸ਼ਰੀਕਾਂ ਵਾਲੀ ਵਿਵਹਾਰ ਕਰਿਆ ਕਰ। ਹੁਣ ਮੈਂ ਸ਼ਰੀਕ ਬਣ ਕੇ ਦਿਖਾਵਾਂ ਉਹਨੂੰ, ਉਹ ਤਾਂ ਅਗਲੀ ਮੇਰਾ ਇੰਨਾ ਕਰਦੀ ਹੈ। ਕਰਦੀ ਉਹ ਹਰੇਕ ਦਾ, ਆਪਣੇ ਸਾਰੇ ਟੱਬਰ ਦਾ ਕਰਦੀ ਹੈ, ਇਕੱਲੀ ਮਾਂ ਨਹੀਂ ਉਹਦਾ ਮੋਹ ਕਰਦੀ। ਕੀ ਕਰੀਏ, ਤੂੰ ਤਾਂ ਹਜੇ ਹੁਣ ਆਈ ਹੈਗੀ, ਉਹਦਾ ਪਹਿਲਾਂ ਬਹੁਤ ਤੰਗ ਕਰਦੀ ਰਹੀ ਹੈ ਮਾਂ ਉਹਨੂੰ। ਫਿਰ ਇਹ ਚੰਗੀਆਂ ਗੱਲਾਂ ਥੋੜ੍ਹੀ ਨੇ, ਤੁਸੀਂ ਉਹ ਰਾਜਬਾਈ ਨੇ, ਤੁਸੀਂ ਘੱਟੋ ਘੱਟ ਕਹੋ ਤਾਂ ਸੀ ਵੀ ਮਾਂ ਇਹ ਚੰਗੀਆਂ ਗੱਲਾਂ ਨਹੀਂ ਹੈਗੀਆਂ, ਐਂ ਨਾ ਕਰੋ, ਉਹਦੇ ਨਾਲ ਮਾੜੀ ਮਾੜੀ ਗੱਲ ਪਿੱਛੇ ਤਾਂ ਦਿਲ ਦੁਖਾ ਦਿੰਦੇ ਹੋ। ਰੋ ਕੇ ਗਈ ਵਿਚਾਰੀ, ਮੱਠੀ ਨਹੀਂ ਖਾਧੀ ਹੁਣੇ ਬੈਠੀ ਨੇ, ਉਹ ਵੀ ਮਾਂ ਕੱਢਣ ਵਾਲੀ ਕਰਤੀ। ਦਿਲ ਤਾਂ ਆਪਦਾ ਵੀ ਦੁਖਦਾ ਗਾ, ਆਪਦਾ ਕਿਹੜਾ ਦੁਖਦਾ ਨਹੀਂ, ਬਥੇਰਾ ਮੋਹ ਪਿਆਰ ਕਰਦੀ ਸੀ, ਕਦੇ ਰੋਟੀ ਤੋਂ ਨਹੀਂ ਕਬੀਲਾ ਹੋਣ ਤੇ ਮੈਨੂੰ ਵੀ ਆਪਦੇ ਭਰਾਵਾਂ ਵਾਂਗੂ ਸਮਝਦੀ ਸੀ, ਕਦੇ ਹੇਠ ਨਹੀਂ ਕੀਤੀ ਸੀ। ਕੀ ਕਰੀਏ, ਹੁਣ ਮਾਂ ਦੇ ਦਿਮਾਗ 'ਚ ਨਹੀਂ ਗੱਲ ਵੜਦੀ। ਵੀ ਹਾਂ ਭਰੀ ਕਿਹਾ, ਬੇਬੇ ਕੋਈ ਗੱਲ ਨਹੀਂ, ਜਿਹਦੇ ਨਹੀਂ ਭਾਈ ਸਕਾ ਫਿਰ ਕਿੱਡੀ ਗੱਲ ਹੈਗੀ। ਉਹਨੂੰ ਵੀ ਅਮਨ ਨੂੰ ਵੀ ਬਥੇਰਾ ਕਿਹਾ ਸੀ ਵੀ ਤੇਰਾ ਆਪਦਾ ਘਰ ਆ ਭਾਈ, ਤੂੰ ਕਦੇ ਫਿਕਰ ਨਾ ਕਰੀ ਵੀ ਮੇਰੇ ਪੇਕ ਤੋਂ ਸੁਧਾਰਾ ਨਹੀਂ ਆਉਂਦਾ, ਕੁਛ ਨਹੀਂ ਆਉਂਦਾ। ਚੱਲ ਤੂੰ ਵਿਆਹੀ ਗਈ ਸੀ ਮੇਰੇ ਨਾਲ, ਚੱਲ ਐਂ ਹੋ ਗਿਆ, ਮੰਮੀ ਡੈਡੀ ਆਉਂਦੇ ਸੀ ਤੇਰੇ, ਉਹ ਵੀ ਚੱਲ ਅਮਨ ਤੋਂ ਉਨਾ ਕਰਦੇ ਵਿਚਾਰੇ, ਕੋਈ 100 ਰੁਪਇਆ ਦੇ ਕੇ ਤੈਨੂੰ ਬਰੋਬਰ ਅਮਨ ਨੂੰ ਦਿੰਦੇ ਸੀ, ਹੁਣ ਮਾਂ ਮੱਚਦੀ ਹੁਣ ਇਹਦਾ ਕੀ ਕਰੀਏ। ਇਹ ਗੱਲਾਂ ਸਹੀ ਨਹੀਂ ਹੈਗੀਆਂ, ਉਹ ਵਿਚਾਰੀ ਦਾ ਦਿਲ ਦੁਖਾਉਣਾ ਸੱਚੀ ਮਾੜੀ ਗੱਲ ਆ, ਉਹ ਤਾਂ ਪਹਿਲਾਂ ਹੀ ਬਚਪਨ ਤਾਂ ਉਹਦਾ ਦੁੱਖਾਂ 'ਚ ਗੁਜ਼ਰਿਆ, ਜੇ ਹੁਣ ਵਿਆਹ ਕੇ ਆਈ ਹੈ ਤਾਂ ਮਾਂ ਨੇ ਦੁਖੀ ਕਰ ਰੱਖਿਆ ਹੈਗਾ। ਬਸ ਮਾਂ ਨੂੰ ਤਾਂ ਇਹ ਆ ਵੀ ਹਾਂ ਇਹਨਾਂ ਦੇ ਪੇਕੇ ਤੋਂ ਪੈਸੇ ਆਉਣ, ਕਿਤੇ ਕੋਈ ਛੂਟ ਆਉਣ, ਵੀ ਇੱਥੋਂ ਨਾ ਕੋਈ ਚੀਜ਼ ਲੈ ਲੇ, ਵੀ ਤੂੰ ਸਿਆਣੀ ਬਿਆਣੀ ਆ, ਤੂੰ ਵੀ ਮਾੜਾ ਮੋਟਾ ਸੋਚ ਲਾ ਵੀ ਕੀ ਗੱਲ। ਲੋਕ ਤਾਂ ਕਹਿੰਦੇ ਨੇ ਵੀ ਸਾਡੇ ਘਰੇ ਪਿਆਰ ਰਹੇ, ਸਾਰੇ ਜਾਣੇ ਮਿਲ ਕੇ ਰਹਿਣ, ਅਤੇ ਤੁਹਾਡੀ ਮਾਂ ਕਹਿਣਾ ਨਹੀਂ ਚਾਹੀਦਾ, ਪਰ ਉਹ ਤਾਂ ਹਮੇਸ਼ਾ ਇਹੀ ਚਾਹੁੰਦੀ ਹੈ ਵੀ ਇਹ ਤਾਂ ਅੱਡੋ ਪਾਟੀ ਹੋਏ ਰਹਿਣ, ਇਹ ਕਿਉਂ ਬੁਲਾਉਂਦੇ ਨੇ ਆਪਸ 'ਚ, ਦੋਨੇ ਭਰਾਵਾਂ ਦੀ ਬਣਦੀ ਕਿਉਂ ਹੈ, ਅੱਗੇ ਨੂੰਹਾਂ ਇਹੋ ਜਿਹੀਆਂ ਆ ਗਈਆਂ, ਉਹ ਭੈਣਾਂ ਬਣ ਕੇ ਰਹਿੰਦੀਆਂ ਨੇ। ਉਹ ਤਾਂ ਚੰਗੀ ਆ ਹਜੇ ਅਮਨ ਭਰਜਾਈ, ਨਹੀਂ ਅੱਜ ਨੂੰ ਤਾਂ ਉਹ ਅੱਡ ਹੋਈ ਹੁੰਦੀ, ਸਹੀ ਗੱਲ ਆ, ਚੱਲਦਾ ਸਹੀ ਗੱਲ ਆ। ਉਹੋ ਜਿਹੇ ਉਹਦੇ ਪੇਕੇ ਨੇ ਵੀ ਐਂ ਨਹੀਂ ਆਉਂਦਾ ਵੀ ਕੀ ਗੱਲ ਆ 500-400 ਦੀ, ਜੇ ਤੁਸੀਂ ਫੂਕ ਜਾ ਕਰੋ, ਚੱਲ ਇਹਦਾ ਤਾਂ ਮਨ ਖੁਸ਼ ਹੋ ਜਾ ਕਰੇ ਵਿਚਾਰੀ ਦਾ, ਨਾਲੇ ਮਾਂ ਮੀਣੇ ਮਾਰਨੋਂ ਹਟ ਜੇ। ਦੇਖੋ ਜੀ, ਉਹਨਾਂ ਬਾਰੇ ਤਾਂ ਮੈਂ ਕੁਛ ਕਹਿੰਦੀ ਨਹੀਂ, ਕਿਉਂਕਿ ਮੈਂ ਉਹਨਾਂ ਨੂੰ ਜਾਣਦੀ ਨਹੀਂ ਹਾਂ ਨਾ ਇੰਨਾ, ਨਾ ਮੈਂ ਉਹਨਾਂ ਨੂੰ ਇੰਨਾ ਮਿਲੀ ਹਾਂ ਕਦੇ, ਹਾਂ ਮਾੜਾ ਮੋਟਾ ਮਾਸੀ ਵਰਗਿਆਂ ਨੂੰ ਬੁਲਾ ਲੈਂਦੀ ਹਾਂ, ਪਰ ਉਹਨਾਂ ਬਾਰੇ ਮੈਂ ਕੁਛ ਨਹੀਂ ਕਹਿ ਸਕਦੀ। ਅਤੇ ਰਹੀ ਗੱਲ ਮਾਂ ਦੀ, ਉਹ ਤਾਂ ਆਪਣੀ ਸੱਸ ਹੈ ਨਾ,
ਮੈਨੂੰ ਉਹਨੂੰ ਕਹਿਣਾ ਪੈਣਾ ਵੀ ਤੂੰ ਇਹੋ ਜਿਹਾ ਕੁਛ ਨਾ ਕਰਿਆ ਕਰ ਭੈਣ ਨਾਲ, ਉਹਨੂੰ ਸੱਚੀ ਚੰਗਾ ਨਹੀਂ ਲੱਗਦਾ। ਤੂੰ ਮੇਰੀ ਗੱਲ ਸੁਣ, ਐਵੇਂ ਤੂੰ ਨਾ ਬੋਲ ਬੈਠੀ, ਮਾਂ ਫਿਰ ਤੇਰੇ ਨਾਲ ਲੜਨ ਲੱਗ ਜੂ। ਲੜਦੀ ਹੈ ਮੇਰੇ ਨਾਲ, ਕਦੋਂ ਨਹੀਂ ਲੜਦੀ। ਅੱਜ ਜੇ ਮੈਂ ਆਪਣੀ ਭੈਣ ਦੀ ਸਾਈਡ ਦੀ ਗੱਲ ਕਰਤੀ, ਹਾਂ ਹਾਂ ਤੂੰ ਵਿੱਚ ਬਰਾਬਰ ਦਾ ਹਿੱਸਾ ਲੈਂਦੀ ਆ, ਤੂੰ ਆਏ ਆ ਤੂੰ ਆਏ ਆ, ਸੁਣਾ ਤਾਂ ਉਹ ਮੈਨੂੰ ਵੀ ਬਥੇਰੀਆਂ ਜਾਂਦੀ ਹੈ, ਪਰ ਮੈਂ ਇੱਕ ਵਾਰ ਨੂੰ ਝੱਲ ਲੈਂਦੀ ਹਾਂ। ਪਰ ਉਹ ਵਿਚਾਰੀ, ਉਹਨੂੰ ਤਾਂ ਇਹੋ ਜਿਹੇ ਮੈਨੇ ਮਾਰਦੀ ਹੈ, ਮੈਂ ਤੁਹਾਨੂੰ ਦੱਸ ਤੱਕ ਨਹੀਂ ਸਕਦੀ। ਕੁਛ ਨਹੀਂ ਕਹਿ ਸਕਦੇ, ਸਮਝ ਤੋਂ ਬਾਹਰ ਗੱਲ ਹੋਈ ਪਈ ਆ ਵੀ ਚਾਹੁੰਦੀ ਕੀ ਹੈ ਮਾਂ, ਇਹੋ ਜਿਹਾ ਕੀ ਗੱਲ ਆ ਕਿ 500-400 ਦੀ ਚੀਜ਼ ਨਹੀਂ ਹੁੰਦੀ ਜਿਹਦੇ ਪਿੱਛੇ ਤੂੰ ਰੋਜ਼ ਕਲੇਸ਼ ਪਾਉਣੀ ਆ। ਆ ਕਦੇ ਹੁਣ ਤਾਂ ਚਲ ਆ ਸਾਉਣ ਦਾ ਮਹੀਨਾ ਹੈਗਾ, ਇਹ ਤਿਉਹਾਰ ਆ, ਆਹ ਲੋਹੜੀ ਦੀਵਾਲੀ ਵੇਲੇ ਵੀ ਉਹਨੂੰ ਤਾਂ ਮਿਹਣੇ ਮਾਰਦੀ ਰਹਿੰਦੀ ਆ, ਹਾਂ ਹਾਂ ਤੇਰੇ ਪੇਕਿਆਂ ਤੋਂ ਕੋਈ ਚੀਜ਼ ਨਹੀਂ ਆਉਂਦੀ, ਤੇਰੇ ਪੇਕਿਆਂ ਤੋਂ ਕੋਈ ਚੀਜ਼ ਨਹੀਂ ਆਉਂਦੀ। ਮੇਰੀ ਮਾਂ ਨੂੰ ਵੀ ਪਤਾ ਸੀ ਇਹ ਗੱਲਾਂ ਦਾ, ਮੇਰੇ ਪੇਕਿਓਂ ਤਾਂ ਹੀ ਮੇਰੀ ਮਾਂ ਨਾ ਵੱਧ ਸੰਧਾਰਾ ਲੈ ਕੇ ਆਈ ਸੀ, ਨਾਲੇ ਉਹਨੇ ਮੇਰੀ ਆਪਣੀ ਸੱਸ ਸਾਹਮਣੇ ਇਹ ਗੱਲ ਕਹੀ ਸੀ ਵੀ ਭਾਈ ਇਹ ਸੰਧਾਰਾ ਦੋਨਾਂ ਕੁੜੀਆਂ ਦਾ, ਇਕੱਲੀ ਮੇਰੀ ਕੁੜੀ ਦਾ ਨਹੀਂ ਹੈਗਾ, ਅਮਨ ਵੀ ਮੇਰੀ ਓਨੀ ਪਿਆਰੀ ਹੈ ਜਿੰਨੀ ਮੈਨੂੰ ਅੰਜਲੀ। ਫਿਰ ਵੀ ਮਾਂ ਉਹੀ ਗੱਲਾਂ ਸੁਣਾ ਦਿੰਦੀ ਆ ਉਹਨੂੰ ਵੀ ਘੱਟੋ ਘੱਟ ਉਦੋਂ ਤਾਂ ਚੁੱਪ ਕਰ ਜਾ ਤੂੰ। ਉਹ ਭਾਬੀ ਨੇ ਵਿਚਾਰੀ ਨੇ ਪਹਿਲਾਂ ਦੁੱਖਾਂ 'ਚ ਕੱਟੀ ਹੈ ਸਾਰੀ ਉਮਰ, ਕਿਉਂਕਿ ਤੁਹਾਨੂੰ ਪਤਾ ਹੈਗਾ ਮਾਂ ਮਰ ਗਈ ਵਿਚਾਰੀ ਦੀ। ਫਿਰ ਜੇ ਉਹ ਦੂਜੀ ਆਈ ਉਹਨੇ ਜਮੀ ਉਹ ਗੱਲ ਦਾ ਵੀ ਮਤਰੇ ਮਾਂ ਬਣ ਕੇ ਦਿਖਾਤਾ। ਹਾਂ ਸਹੀ ਗੱਲ ਆ। ਫਿਰ ਜੇ ਵਿਆਹੀ ਗਈ ਤਾਂ ਜਿਹੜੀ ਆਪਣੀ ਮਾਂ ਗਈ ਇਹਨੇ ਜਮਾਂ ਸਰੀ ਲਾਤੀ ਗੱਲ, ਇਹਨੇ ਤਾਂ ਜਮੀ ਨਹੀਂ ਵੀ ਤੂੰ ਆਪਦੇ ਉਹ ਗੱਲਾਂ ਮੋਢੇ ਨਾਲ ਲਾ ਲਾ, ਤੈਨੂੰ ਕੀ ਫਰਕ ਪੈਂਦਾ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ, ਰਾਜ ਬਾਈ ਵੀ ਕੁਛ ਨਹੀਂ ਕਹਿੰਦੇ ਮਾਂ ਨੂੰ। ਬਥੇਰਾ ਕੁਛ ਕਹਿੰਦਾ ਅੰਜਨੀ, ਬਥੇਰਾ ਕੁਛ ਕਹਿੰਦਾ ਹੈਗਾ, ਕੀ ਕਰੀਏ ਜਦੋਂ ਮਾਂ ਦੇ ਕੰਨ ਤੇ ਜੂੰ ਕਿਉਂ ਨਹੀਂ ਸਰਕਦੀ। ਲੋਕ ਮਾੜੇ ਕਹਿੰਦੇ ਨੇ ਵੀ ਪੁੱਤਾਂ ਨੇ ਮਾਂ ਨੂੰ ਬੋਲਦੇ ਨੇ, ਹੁਣ ਮਾਰ ਤਾਂ ਸਕਦੇ ਨੀ, ਤੈਨੂੰ ਪਤਾ ਮਾਂ ਗੀ। ਮੈਂ ਮਾਰਨ ਬਾਰੇ ਕਿਹਾ ਹੀ ਨਹੀਂ, ਮੈਂ ਤੁਹਾਨੂੰ ਐਂ ਥੋੜੀ ਕਹਿੰਦੀ ਹਾਂ, ਪਰ ਇੱਕ ਬੈਠ ਕੇ ਪਿਆਰ ਨਾਲ ਇੱਜ਼ਤ ਨਾਲ ਸਮਝਾ ਤਾਂ ਸਕਦੇ ਹਾਂ। ਆਉਣ ਤੋਂ ਪਹਿਲਾਂ ਬਹੁਤ ਕੁਛ ਸਮਝਾਇਆ ਹੈਗਾ ਵੀ ਬਸ ਜਾਣ ਦੇ ਘਰ, ਕਾਹਨੂੰ ਕਿਸੇ ਦਿਲ ਦਿਖਾਉਣੀ ਆ, ਕਾਹਨੂੰ ਕਿਸੇ ਦਿਲ ਦਿਖਾਉਣੀ ਆ। ਕਿਸੇ ਦਿਨ ਉਹ ਅੱਕੀ ਨਾ ਝੋਲਾ ਚੱਕ ਕੇ ਵਗ ਜੂਗੀ, ਫੇਰ ਨਾ ਗਈ ਉਹ ਘਰ ਟੁੱਟਦਾ। ਉਹੀ ਤਾਂ ਗੱਲ ਆ, ਜੇ ਜਾਣ ਵਾਲੀ ਹੁੰਦੀ ਫੇਰ ਗੱਲਾਂ ਕਾਹਦੀਆਂ ਸੀ, ਤੇ ਜੇ ਉਹ ਗਈ ਉਹਦੇ ਬਰਾਬਰ ਹੀ ਮੈਂ ਜਾਊਂਗੀ, ਪਹਿਲਾਂ ਕਹਿਦਾ। ਉਹ ਚੱਲ ਤੂੰ ਤਾਂ ਕਿਧਰੇ ਜਾਣਾ, ਗੱਲ ਕਰੋ ਅਮਨ ਦਾ, ਹੁਣ ਜੇ ਉਹ ਕਿੱਥੇ ਜਾਊਗੀ, ਜਦੋਂ ਪੇਕੇ ਜੇ ਐਡੀ ਚੰਗੇ ਹੋਣ ਤਾਂ ਸੰਧਾਰੀ ਨਾ ਦੇ ਜਾ ਕਰਨ, ਤਾਂ ਰੌਲੀ ਨਾ ਪਵੇ, ਤਾਂ ਹੀ ਤੋ ਚੁੱਪ ਕਰਕੇ ਇੱਥੇ ਬੈਠ ਜਾਂਦੀ ਹੈਗੀ ਵੀ ਪੁੱਛ ਕੇ। ਫਿਰ ਕਿਸੇ ਦੀ ਮਜਬੂਰੀ ਦਾ ਨਾ ਇੰਨਾ ਫਾਇਦਾ ਨਹੀਂ ਉਠਾਈਦਾ ਹੁੰਦਾ, ਜੇ ਅਗਲਾ ਕੁਛ ਬੋਲਦਾ ਨਹੀਂ ਹੈਗਾ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹਨੂੰ ਕੁਛ ਵੀ ਸੁਣਾਈ ਚੱਲੋ। ਚੱਲ ਕੋਈ ਗੱਲ ਨਹੀਂ, ਤੂੰ ਮੇਰੀ ਗੱਲ ਸੁਣ, ਚੱਲ ਤੂੰ ਜੇ ਅਮਨ ਨੂੰ ਪੁੱਛ ਲੈ ਵੀ ਕੋਈ ਚੀਜ਼ ਲਿਆਉਣੀ ਕਰਨੀ ਹੋਊ ਤਾਂ ਜੇ ਨਾਲ ਜਾਣਾ ਤਾਂ, ਪਰ ਨਾਲ ਤਾਂ ਮਾਂ ਨੇ ਕਿੱਥੇ ਜਾਣ ਦੇਣਾ ਗਾ। ਕਿਉਂ ਨਹੀਂ ਜਾਣ ਦੇਣਾ ਮਾਂ ਨੇ, ਜੇ ਮੈਂ ਬਾਜ਼ਾਰ ਗਈ ਤਾਂ ਉਹਨੂੰ ਬਰਾਬਰ ਲੈ ਕੇ ਜਾਊਂਗੀ, ਮੈਂ ਵੀ ਦੇਖਦੀ ਹਾਂ ਫਿਰ ਮਾਂ ਕਿਵੇਂ ਰੋਕਦੀ ਹੈ, ਅਸੀਂ ਮਾਂ ਤੋਂ ਪੁੱਛਦੀਆਂ ਹੀ ਨਹੀਂ, ਜਦੋਂ ਮਾਂ ਸਾਨੂੰ ਨਹੀਂ ਭਤੀਜ ਦੇਗੀ ਫਿਰ ਅਸੀਂ ਕਿਉਂ ਪੁੱਛੀਏ। ਚੱਲ ਕੋਈ ਨਾ, ਜਿਵੇਂ ਮਰਜ਼ੀ ਹੈ ਤੇਰੀ, ਤੂੰ ਬਸ ਬਾਹਲਾ ਬੋਲੀ ਨਾ, ਕੁਛ ਨਾ ਅਮਨ ਨੂੰ ਕਹਿ ਦਿਆ ਕਰ, ਕੋਈ ਗੱਲ ਨਹੀਂ ਭੈਣੇ ਵੀ ਜਿਹੜੇ ਮੇਰੇ ਪੇਕੇ ਨੇ ਉਹ ਵੀ ਤੇਰੇ ਪੇਕੇ ਨੇ, ਬਸ ਮਾਂ ਤਾਂ ਬੋਲਦੀ ਹੈ ਬੋਲੀ ਜਾਣ ਦੇ, ਆਪੇ ਹਟ ਜੂ। ਕਿੰਨਾ ਕੁ ਟਾਈਮ ਆ, 5 ਸਾਲ ਆ, ਪਤਾ ਨਹੀਂ 10 ਸਾਲ ਆ, ਇਹ ਨਾਲ ਹੁੰਦੀ ਮਾੜੀ ਆ ਫਿਰ। ਉਹ ਚੱਲ ਛੱਡ ਵੀ ਦੇ ਗੁੱਸਾ ਹੋਣਾ, ਤੈਨੂੰ ਪਤਾ ਹੈ ਮਾਂ ਦਾ ਤਾਂ ਸੁਭਾਅ ਹੀ ਇਹ ਜਾਏਗਾ, ਕੀ ਕਹੀਏ ਉਹਨੂੰ, ਹੁਣ ਸਿਆਣੀ ਬਹਿਣੀ ਹੈਗੀ ਆ ਉਹ, ਜੇ ਬਾਪੂ ਹੁੰਦਾ ਸਿਰ 'ਤੇ ਫਿਰ ਤਾਂ ਇਹਨੂੰ ਕਹਿੰਦੇ ਵੀ ਚੰਗੇ ਲੱਗਦੇ ਸੀ। ਉਹ ਮੈਂ ਕਿਹੜੀਆਂ ਗੱਲਾਂ ਦਾ ਗੁੱਸਾ ਕਰਨਾ, ਕਦੇ ਕਦੇ ਬਸ ਦਿਲ ਜਿਹਾ ਦੁਖੀ ਹੋ ਜਾਂਦਾ ਵੀ ਜੇ ਮੇਰੀ ਮਾਂ ਹੁੰਦੀ ਨਾ ਫਿਰ ਮੈਨੂੰ ਵੀ ਆਹ ਦਿਨ ਕਦੇ ਨਹੀਂ ਦੇਖਣੇ ਪੈਣੇ ਸੀ। ਮੈਂ ਵੀ ਚਾਈ ਚਾਈ ਮਾਂ ਨੂੰ ਕਹਿੰਦੀ ਵੀ ਮੇਰੀ ਮਾਂ ਸੰਧਾਰਾ ਲੈ ਕੇ ਆਈ ਆ, ਪਰ ਕੀ ਕਰਾਂ, ਮੈਨੂੰ ਤਾਂ ਰੱਬ ਨੇ ਧੋਖਾ ਦਿੱਤਾ। ਤੂੰ ਆਪਦੇ ਦਿਲ 'ਤੇ ਨਾ ਇਹ ਗੱਲਾਂ ਲਾਇਆ ਕਰ, ਤੈਨੂੰ ਪਰਿਵਾਰ ਦਾ ਹੋਰ ਕੋਈ ਤਾਂ ਜੀ ਨਹੀਂ ਕਹਿੰਦਾ ਨਾ ਕੁਛ ਵੀ, ਸਾਰੇ ਤੇਰੇ ਨਾਲ ਪਿਆਰ ਕਰਦੇ ਨੇ, ਕੋਈ ਨਹੀਂ ਮਾਂ ਹੀ ਇਹੋ ਜਿਹੀ ਹੈ, ਕਹੀ ਜਾਣ ਦਿਓ ਉਹਨੂੰ। ਜੇ ਅਸੀਂ ਉਹਨੂੰ ਕੁਛ ਕਹਿੰਦੇ ਹਾਂ ਫਿਰ ਲੋਕ ਕਹਿੰਦੇ ਨੇ ਵੀ ਆਪਦੀ ਮਾਂ ਨਾਲ ਲੜਦੇ ਨੇ। ਮੈਂ ਤੁਹਾਨੂੰ ਇਹ ਨਹੀਂ ਕਹਿੰਦੀ ਵੀ ਤੁਸੀਂ ਮਾਂ ਨਾਲ ਲੜੋ, ਮੈਨੂੰ ਪਤਾ ਕਿਤੇ ਨਾ ਕਿਤੇ ਮਾਂ ਆਪਦੀ ਜਗ੍ਹਾ ਸਹੀ ਹੈ। ਤੁਹਾਨੂੰ ਪਤਾ ਲੋਕ ਟਿਕਣ ਨਹੀਂ ਦਿੰਦੇ ਹੁੰਦੇ, ਅਗਲਾ ਕਹਿੰਦਾ ਕੀ ਗੱਲ ਤੁਹਾਡੀ ਛੋਟੀ ਬਹੂ ਦਾ ਸੰਧਾਰਾ ਆ ਗਿਆ, ਵੱਡੀ ਦਾ ਨਹੀਂ ਆਇਆ। ਪਰ ਲੋਕਾਂ ਨੂੰ ਕਿਹਨੂੰ ਕਿਹਨੂੰ ਕੀ ਕੀ ਗੱਲਾਂ ਸਮਝਾਵਾਂਗੇ,
ਵੀ ਭਾਈ ਉਹ ਕਿੰਨੇ ਮਜ਼ਬੂਰ ਹੈ, ਵੀ ਕਿਉਂ ਨਹੀਂ ਉਹਦਾ ਸੁਨਾਰਾ ਆਉਂਦਾ। ਤੁਹਾਨੂੰ ਸਮਝਾ ਲੂੰ, ਇੱਕ ਨੂੰ ਸਮਝਾ ਲਾਂਗੇ, ਦੋ ਨੂੰ ਸਮਝਾ ਲਾਂਗੇ, ਪਰ ਸਾਰਿਆਂ ਨੂੰ ਨਹੀਂ ਨਾ ਸਮਝਾ ਸਕਦੇ। ਮੈਨੂੰ ਤਾਂ ਇਹ ਦੁਨੀਆਦਾਰੀ ਦੇ ਰੀਤੀ ਰਿਵਾਜ਼ਾਂ ਦਾ ਨਹੀਂ ਪਤਾ ਲੱਗਦਾ ਹੈਗਾ। ਦੱਸ ਇਹਨਾਂ ਚੀਜ਼ਾਂ ਨਾਲ ਕੀ ਫਰਕ ਪੈ ਜਾਂਦਾ ਹੈਗਾ? ਬੁੜੀਆਂ ਨੂੰ ਇਹੋ ਜਿਹੀਆਂ ਗੱਲਾਂ ਤੈਨੂੰ ਪਤਾ ਬਹੁਤ ਵੱਡੀਆਂ ਲੱਗਦੀਆਂ ਨੇ। ਚੱਲ ਕੋਈ ਨਹੀਂ, ਤੂੰ ਨਾ ਗੱਲ ਨੂੰ ਆਪਦੇ ਮਨ ਦੇ ਉੱਤੇ ਨਾ ਲਾਇਆ ਕਰ। ਮਨ 'ਤੇ ਤਾਂ ਨਹੀਂ ਲਾਉਂਦੀ ਮੈਂ ਗੱਲ, ਘਾਟਾ ਤਾਂ ਆਪਦੇ ਘਰੇ ਕਿਸੇ ਚੀਜ਼ ਦਾ ਨਹੀਂ ਹੁੰਦਾ। ਬਸ ਅੜੀਕ ਤਾਂ ਧੀਆਂ ਨੂੰ ਹੁੰਦੀ ਹੈ ਵੀ ਉਹਦੇ ਪੇਕਿਆਂ ਤੋਂ ਕੋਈ ਨਾ ਕੋਈ ਚੀਜ਼ ਆਊਗੀ, ਉਹ ਚੀਜ਼ ਦਾ ਤਾਂ ਮਾਣ ਹੀ ਵੱਖਰਾ ਹੁੰਦਾ ਕੁੜੀਆਂ ਨੂੰ। ਗੱਲ ਕਰ ਮੈਂ ਬਦਕਿਸਮਤ ਵੀ ਮੈਂ ਕੋਈ ਚੀਜ਼ ਆਪਦੇ ਪੇਕਿਆਂ ਤੋਂ ਲਿਆ ਨਹੀਂ ਸਕਦੀ। ਲੈ ਦੇਖ ਲਾ ਕਿਹੜੇ ਵੇਲੇ ਦੀ ਅੰਦਰ ਬੜੀ ਆ ਭਾਈ, ਉੱਥੇ ਪਾਂਚੇ ਜੇ ਮਾਰੀ ਜਾਂਦੀ ਆ, ਮਜ਼ਾਲ ਕੀ ਅੰਦਰੋਂ ਨਿਕਲਿਆ ਵੀ। ਜਿੰਨਾ ਚਿਰ ਇਹਦੇ ਛਿੱਤਰ ਨਹੀਂ ਨਾ ਪੈਂਦੇ ਉਨਾ ਚਿਰ ਇਹ ਸੁਧਰਦੀ ਨਹੀਂ ਹੈਗੀ ਮਾਂ। ਹੋਰ ਭਾਈ ਕੀ ਕਰੇਗਾ, ਇਹ ਤਾਂ ਕੰਧ ਦੇ ਬਰਾਬਰ ਹੋ ਰਹੀ ਹੈ, ਜਿਹਾ ਜਿਹਾ ਇਹਨੂੰ ਕੁੱਟ ਲਿਆ ਜਾ ਕੰਧ ਨੂੰ ਕੁੱਟ ਲਿਆ। ਕੁੜੇ ਆ ਜਾ ਵੀਰ, ਨਿਕਲਿਆ ਬਾਹਰ ਹੁਣ, ਕਿਹੜਾ ਵੇਲਾ ਹੋ ਗਿਆ, ਉੱਥੇ ਪਾਂਚੇ ਮਾਰੀ ਜਾਂਦੀ ਹੈ। ਹਾਂ ਹਾਂ ਬੀਬੀ ਤਿਆਰ ਆ ਮੈਂ ਤਾਂ। ਹੋ ਗਈ ਤਿਆਰ? ਹਾਂ। ਕਿਹੜੇ ਵੇਲੇ ਦੀ ਬੜੀ ਆ ਅੰਦਰ? ਉਹ ਫਿਰ ਕੱਪੜੇ 'ਚ ਪ੍ਰੈਸ ਕਰਨ ਲੱਗ ਗਈ ਸੀਗੀ। ਪ੍ਰੈਸ ਕਰਨ? ਪ੍ਰੈਸ ਕਰਨ ਨੂੰ ਦੱਸ ਗਈ ਆ, ਪਿੰਡ ਹੀ ਜਾਣਾ, ਕਿਹੜਾ ਕਿਸੇ ਦੇ ਹੋਰ ਜਾ ਕੇ ਆਉਣਾ, ਉੱਥੇ ਵਿਆਹ ਚੱਲੀਆਂ ਗਾਹਾਂ ਦੀ ਤੂੰ। ਫਿਰ ਤੁਰਤ ਕੀ ਹੁੰਦਾ, ਤੈਨੂੰ ਪਤਾ ਸੀ ਵੀ ਜਾਣਾ, ਕੱਲ੍ਹ ਪ੍ਰੈਸ ਕਰ ਲੈਂਦੀ, ਪਰਸੋਂ ਪ੍ਰੈਸ ਕਰ ਲੈਂਦੀ, ਵੇਲੇ ਕੁ ਵੇਲੇ ਤੁਰਤ ਮੜ ਜੂਗੀ। ਚੱਲ ਕੋਈ ਨਾ, ਫਿਰ ਹੁਣ ਮਾਂ ਐਂ ਕਿਉਂ ਕਹਿੰਦੀ ਹੈਗੀ, ਜਦੋਂ ਕਿਤੇ ਜਾਣਾ ਹੁੰਦਾ ਉਹਦੀ ਲੜਨ ਲੱਗ ਜਾਂਦੀ ਹਾਂ। ਲੜਦੀ ਨਹੀਂ ਵੀਰ, ਮੈਂ ਤੈਨੂੰ ਦੱਸਦੀ ਹਾਂ ਵੀ ਤੁਰਤ ਨਹੀਂ ਕੰਮ ਬੀਡੀ ਦਾ ਹੁੰਦਾ। ਨਾਲੇ ਮੇਰੀ ਗੱਲ ਸੁਣ, ਡੱਬਾ ਲੈ ਜੀ ਇੱਕ, ਅਤੇ ਨਾਲੇ ਲੈ ਜੀ ਰੱਖੜੀਆਂ, ਬਸ ਠੀਕ ਜਿਹੇ ਰੇਟ ਦੀਆਂ ਹੀ ਲੈ ਜੀ। ਲੈ ਮਾਂ ਜੇ ਦੋ ਡੱਬੇ ਲੈ ਜੂ ਫਿਰ ਕੀ ਹੋ ਜੂਗਾ, ਹੈ ਜੇ 1000 ਰੁਪਇਆ ਲੱਗ ਜੂਗਾ, ਮੇਰੀ ਮਾਂ ਕਿਹੜਾ ਮੈਨੂੰ ਖਾਲੀ ਤੋਰ ਦੀਏਗੀ। ਪੈਸੇ ਝਾੜਾਂ ਨਾਲ ਨਹੀਂ ਲੱਗਦੇ ਹੈਗੇ, ਮੈਨੂੰ ਪਤਾ ਹੀ ਹੈ ਮੇਰੇ ਸਾਲੇ ਨੰਗਾਂ ਦਾ, ਉਹਨਾਂ ਨੇ ਕੀ ਦੇਣਾ ਤੈਨੂੰ। ਜੇ ਐਂ ਲੜਨਾ ਫਿਰ ਰਹਿਣ ਦਿਓ, ਮੈਂ ਜਾਂਦੀ ਹੋਈ ਨਹੀਂ ਹੈਗੀ। ਰਹਿਣ ਦੇ ਫਿਰ, ਮੇਰੀ ਸਿਹਤ ਕੀ ਅਸਰ, ਮੈਂ ਕਿਹੜਾ ਰੱਖੜੀ ਬਣਾਉਣੀ ਆ ਕਿਸੇ ਕੰਜਰ ਤੋਂ। ਵੇ ਚੱਲ ਬਣਾਉਣੀਆਂ ਬਣਾਉਣੀਆਂ ਬੰਨਣੀਆਂ ਬੰਨੇ ਨਹੀਂ, ਤੇਰੀ ਮਰਜ਼ੀ ਹੈ। ਵੇ ਚੱਲ ਕੋਈ ਨਾ, ਬਾਗ ਜਾਣ ਦੇ, ਦੋ ਡੱਬਿਆਂ ਨੂੰ ਕੁਛ ਨਹੀਂ ਹੋਇਆ ਵੀਰ, ਪੇਕੇ ਧੀਆਂ ਨੂੰ ਦਿੰਦੇ ਹੁੰਦੇ ਨੇ ਕੁਛ, ਲੈਂਦੇ ਨਹੀਂ ਹੁੰਦੇ ਉਹਨਾਂ ਤੋਂ, ਇੱਕ ਡੱਬਾ ਬਥੇਰਾ, ਬਸ ਠੀਕ ਜੇ ਰੇਟ ਦੀਆਂ ਲੈ ਜੀ ਰੱਖੜੀਆਂ, ਅਤੇ ਸੂਟ ਚੱਜ ਦਾ ਲਿਆਈ, ਕਿਤੇ ਚੱਕ ਲਿਆ ਮੈਂਗੀ 250 ਵਾਲਾ ਮਲਮਲ ਦਾ, 2-3 ਹਜ਼ਾਰ ਵਾਲਾ ਸੂਟ ਲੈ ਕੇ ਬਣੀ। ਆਏ ਵਾਰ ਮਾਂ, ਮੇਰੀ ਮਾਂ ਤਾਂ ਬਥੇਰੇ ਸੋਹਣੇ ਸੂਟ ਦੇ ਕੇ ਭੇਜਦੀ ਹੈਗੀ, ਐਂ ਕਿਉਂ ਕਹਿੰਦੀ ਹੁੰਦੀ ਹਾਂ, ਜਦੋਂ ਜਾਂਦੀ ਆ ਤੂੰ ਹਾਂ ਹੀ ਕਹਿੰਦੀ ਹੁੰਦੀ ਹੈਗੀ ਵੀ ਚੱਜ ਦੇ ਕੱਪੜੇ ਲੈ ਕੇ ਆਈ, ਕੀ ਗੱਲ ਮੈਂ ਕੀ ਬੇਗ ਚੱਜੇ ਕੱਪੜੇ ਲੈ ਕੇ ਆਉਂਦੀ ਹੈਗੀ। ਨਹੀਂ ਆਹੋ ਕਿਤੇ ਲੇਪਣ ਜਿਹਾ ਲਾ ਕੇ ਨਾ ਤੋਰ ਦੇਣਾ, ਚੱਕ ਕੇ ਪੇਟੀ 'ਚੋਂ ਘਰੋਂ ਫੜਾ ਦੇਣਾ, ਸ਼ਹਿਰੋਂ ਖਰੀਦ ਲਈ ਚੱਜ ਦਾ ਸੂਟ, ਆ ਮੂਹਰੇ ਵਿਆਹ ਹੋਣਗੇ 2-3, ਕੰਮ ਵੀ ਆਜੂਗਾ। ਚੰਗਾ ਕਹਿ ਦੂੰਗੀ ਮੇਰੀ ਮਾਂ ਨੂੰ। ਜਾਵਾਂ ਫਿਰ, ਜਾਈਏ ਸੀ। ਐਂ ਕਰ, ਜਾ ਉਹ ਮੋਟਰਸਾਈਕਲ 'ਤੇ ਮਾਰ ਕੱਪੜਾ ਜਾ, ਚੱਲ ਆਉਂਦਾ ਮੁੰਡਾ, ਵਗ ਜਾ, ਕੋਈ ਮਾਂ ਪੁੱਤਾਂ ਨੇ 100 ਗੱਲ ਕਰਨੀ ਹੁੰਦੀ ਹੈ ਨਾ। ਫਿਰ ਮੈਂ ਅੰਦਰ ਕਿੰਨਾ ਚਿਰ ਹੋ ਗਿਆ ਬੈਠੀ ਨੂੰ, ਇਹ ਉਰੀ ਬੈਠਾ ਵਿਹਲਾ, ਇਹ ਮਾਰ ਲੈਂਦਾ ਕੱਪੜਾ ਮੋਟਰਸਾਈਕਲ 'ਤੇ। ਤੇਰੇ ਨੌਚੇ ਨਹੀਂ ਟੁੱਟਦੇ ਹੈਗੇ, ਜੇ 2 ਮਿੰਟ ਮਾਰ ਦੇਈ ਕੱਪੜਾ ਉੱਤੇ, ਜਬਾਨ ਨਾਲ ਲੜਾਇਆ ਕਰ। ਚੰਗਾ ਮੈਂ ਤਾਂ ਕੁਛ ਨਹੀਂ ਬੋਲਦੀ, ਮੈਥੋਂ ਬਸ ਬੇ ਬਸ ਚੁੱਪ ਕਰ ਜਾ। ਜਦੋਂ ਕਿਤੇ ਜਾਣਾ ਹੁੰਦਾ ਤੇ ਕਿ ਲੜ ਕੇ ਜਾਵਾਂਗੇ, ਐ ਨਹੀਂ ਕਹਿੰਦੇ ਹੈਗੇ ਵੀ ਚਲੋ ਸੁੱਖ ਸੰਦ ਨਾਲ ਜਾਓ, ਭਾਈ ਸੁੱਖ ਸੰਦ ਨਾਲ ਮੁੜ ਆਓ। ਨਹੀਂ ਵਗ ਜਾ, ਵਗ ਜਾ, ਹੁਣ ਮੇਰੇ ਸਿਰਾਣੇ ਕੀ ਕਰਦੀ ਹੈ, ਤੁਰਪਾ ਚਲ ਵਗ ਗਈ। ਐਂ ਕਰੀ ਮੁੰਡਾ, ਉੱਥੇ ਅੜੂਗੀ ਇਹ ਵੀ 500 ਵਾਲਾ ਡੱਬਾ ਲੈ ਲੈ, 600 ਵਾਲਾ ਡੱਬਾ ਲੈ ਲੈ, ਸਸਤਾ ਜਿਹਾ ਡੱਬਾ ਲੈ ਜੀ, ਲੱਡੂਆਂ ਦਾ ਹੀ ਲੈ ਜੀ ਭਾਵਾਂ। ਲੱਡੂ ਹੀ ਲੈ ਕੇ ਜਾਊਂ, ਹੋਰ ਹੁਣ ਕਿਤੇ ਬਰਫੀ ਲੈ ਕੇ ਜਾਊਂ ਮੈਂ ਉਹਨਾਂ ਨੂੰ। ਉੱਥੇ ਆਖੂਗੀ ਖੋਏ ਦੀ ਬਰਫੀ ਲੈ ਲੈ, ਫਲ ਲੈ ਲੈ, ਫਲਾਣਾ ਲੈ ਲੈ, ਕੁਛ ਨਾ ਨਹੀਂ, ਚੁੱਪ ਕਰਕੇ ਇੱਕ ਡੱਬਾ ਲੈ ਕੇ ਬਣ। ਕੁਛ ਨਹੀਂ ਲੈ ਕੇ ਜਾਣਾ, ਸਿਰਫ ਇੱਕ ਡੱਬਾ ਲੈ ਕੇ ਜਾਣਾ, ਉਹ ਵੀ ਲੱਡੂਆਂ ਦਾ, ਜਿਹੜਾ ਸਾਰਿਆਂ ਤੋਂ ਸਸਤਾ ਹੋਇਆ, ਖੰਡ ਜੀ ਵਾਲਾ। ਉਹ ਫਿਰ ਹੁਣ ਜਦੋਂ ਰੱਖੜੀ ਬੰਨਣ ਜਾਓਗੇ, ਜੇ ਤੂੰ ਕੁਛ ਲੈ ਕੇ ਨਾ 2 ਰੁਪਈਆਂ ਦੀ ਚੀਜ਼, ਫਿਰ ਫਾਇਦਾ ਕੀ, ਉਈ ਡਬਲ ਡਬਲ ਕਰਦੇ 2 ਜਾਣੇ ਜਾਓਗੇ, ਪਹਿਲਾਂ ਉਦੋਂ ਵੱਧ ਘਰੋਂ ਲਾ ਆਉਂਗੇ।
ਉਹ ਦੇਣਾ ਉਹਨਾਂ ਨੇ ਕੀ ਆ, ਹਸਮਾਂ ਦੀ ਵਾਧੂ ਦਾ ਤੇਲ ਫਕਾਉਂਦੀ ਆ ਮੇਰਾ ਬਿਨਾਂ ਗੱਲੋਂ। ਚੱਲ ਚੱਲੀਏ ਚੱਲ ਚੱਲੀਏ, ਕੱਲ ਦੀ ਲੱਗੀ ਆ ਮੇਰਾ ਦਿਮਾਗ ਚੱਟਣ ਇਹ। ਬਈ ਚੱਲ ਭਗ ਜਾ, ਕੋਈ ਨਾ। ਚੱਲ ਮਾਂ ਤੂੰ ਘਰੇ ਖਿਆਲ ਰੱਖੀ ਚੰਗਾ। ਕੋਈ ਨਾ ਕੋਈ ਨਾ, ਜਾ ਭਗ ਜਾ, ਫਿਰ ਤੜਫੂਗੀ, ਮੈਨੂੰ ਪਤਾ ਹੀ ਆ ਇਹਦਾ, ਮੁੜਕੀ ਜਾਊਗੀ। ਠੀਕ ਹੈ ਬਾਪੂ ਜੀ, ਮੈਂ ਪਿੰਡ ਜਾਂਦੀ ਸੀ ਫਿਰ। ਅੱਛਾ ਭਾਈ ਤੂੰ ਜਾਂਦੀ ਹੈ? ਹਾਂ ਬਾਪੂ, ਮੈਨੂੰ ਐਂ ਫਿਰ ਮਾਂ ਵਰਗੇ ਡੀਕਦੇ ਹੋਣਗੇ। ਉਹ ਭਾਈ ਸ਼ੇਰਾ ਤੂੰ ਤਾਂ ਭਾਈ ਕਰਮ ਵਾਲੀ ਹੈ, ਤੈਨੂੰ ਡੀਕਣ ਵਾਲੇ ਤਾਂ ਹੈਗੇ ਨੇ, ਇੱਕੋ ਮੇਰੀ ਧੀ ਵਿਚਾਰੀ ਦੇਖ ਲੈ, ਉਹਨੂੰ ਕੋਈ ਡੀਕਣ ਵਾਲਾ ਵੀ ਨਹੀਂ। ਲੈ ਬਾਪੂ, ਕਿਉਂ ਨਹੀਂ ਡੀਕਣ ਵਾਲਾ ਹੈਗਾ, ਮੈਂ ਡੀਕਦੀ ਹਾਂ ਭੈਣ ਨੂੰ, ਤਾਂ ਹੀ ਤਾਂ ਸੁਨੇਹਾ ਜਾਂਦੀ ਹੈਗੀ ਵੀ 10 ਵਜੇ ਨੂੰ ਆ ਜਾਊਂਗੀ, ਮੈਨੂੰ ਪਤਾ ਅੱਜ ਭੈਣ ਜ਼ਰੂਰ ਆਊਗੀ। ਚੱਲ ਸ਼ੇਰਾ ਜਾਓ ਭਾਈ, ਆ ਜਾਓ ਫਿਰ ਟਾਈਮ ਨਾਲ ਸ਼ੇਰਾ, ਚੰਗਾ। ਹਾਂ ਬਾਪੂ, ਮੈਂ ਤੂੰ ਚਿੰਤਾ ਨਾ ਕਰ, ਮੈਂ ਤਾਂ ਘੰਟੇ 'ਚ ਮੁੜ ਆਊਂਗੀ। ਉਹ ਚੱਲ ਤੁਰ ਪਾ ਹੁਣ, ਹੁਣ ਇੱਥੇ ਖੜ ਗਈ ਬਾਪੂ ਦੇ ਸਰਾਣੇ, ਤੂੰ ਹੁਣ ਲੇਟ ਨਹੀਂ ਹੁੰਦੀ। ਆ ਚਲੋ ਤੁਸੀਂ ਕੱਢੋ ਮੋਟਰਸਾਈਕਲ, ਆ ਜਾਓ, ਮੈਂ ਤਾਂ ਤਿਆਰ ਆ। ਮੇਰੇ ਸਾਲੇ ਦੀ ਨੇ ਕੱਪੜਾ ਵੀ ਨਹੀਂ ਮਾਰਿਆ ਇਹਤੇ। ਮਾਰਦਾ ਸੀ ਜੀ। ਹੁਣ ਲੇਟ ਨਹੀਂ ਹੁੰਦੀ ਹੈਗੀ ਇਹ। ਚੰਗਾ ਆ ਜਾਓ। ਓਏ ਆ ਜਾ ਹੁਣ। ਆ ਗਈ, ਚਲੋ। ਨਾਲੇ ਮੇਰੀ ਗੱਲ ਸੁਣ, ਆ ਜਿਹੜੇ ਬਾਪੂ ਨੇ ਪੈਸੇ ਫੜਾਇਆ ਨਾ, ਉਰੇ ਮੈਨੂੰ ਫੜਾ ਦੇ। ਲੈ, ਬਾਪੂ ਨੇ ਮੈਨੂੰ ਕਿਹੜੇ ਪੈਸੇ ਫੜਾ ਦੇ ਨਾ? ਬਾਪੂ ਨੂੰ ਤੁਸੀਂ SBI ਦਾ ਚੈੱਕ ਕੱਟ ਕੇ ਦਿੱਤਾ? ਜੇ ਮੈਨੂੰ ਪਤਾ ਲੱਗ ਗਿਆ ਨਾ ਬਾਪੂ ਤੋਂ ਪੈਸੇ ਲੈ ਕੇ ਗਈਆਂ, ਆ ਕੇ ਬੱਖੀਆਂ ਸੇਕ ਦੂੰ ਮੈਂ ਤੇਰੀਆਂ। ਬਾਪੂ ਕੋਲ ਭਾਲ ਦੇਣਾ ਨੋਟ, ਉਹਦੇ ਕੋਲ ਤਾਂ ਜਿਹੜੇ ਪੈਨਸ਼ਨ ਵਾਲੇ ਹੁੰਦੇ ਨੇ ਉਹ ਵੀ ਖੋ ਲੈਂਦੇ ਹੋ। ਚਲੋ ਮੈਂ ਖੋਣਾ, ਮਥੋਂ ਉਨਾ ਜਾਪਾਂ ਦੇ ਖਾ ਲਈ ਇੱਥੀ ਕਿਤੇ ਤੂੰ ਨਾ ਲੜੋ। ਆਈ ਹੋਈ ਆ ਰਖੜੀਆਂ ਦੀ, ਵਗ ਜਾ, ਮੇਰੀ ਮਾਂ ਡੀਕਦੀ ਹੋ ਗਈ, ਮੇਰਾ ਭਾਈ ਵੀ ਡੀਕਦਾ ਹੋਊ। ਚਲੋ ਲੈ ਬੀਬੀ। ਉਹ ਨਿੱਕਾ ਆਪਣੇ ਵਾਲਾ ਕਹੀ ਜਾਂਦਾ ਸੀ ਮੈਂ 10 ਮਿੰਟਾਂ ਨੂੰ ਪਹੁੰਚਣ ਵਾਲਾ, ਹਜੇ ਤੱਕ ਨਹੀਂ ਆਇਆ ਹੈਗਾ। ਆਜੂਗਾ ਵੀਰ, ਕੋਈ ਗੱਲ ਨਹੀਂ, ਉਹਦੇ ਸਹੁਰੇ ਉੱਕਰ ਆਦਰ ਕਰਦੇ ਆ, ਅਗਲੇ ਤਾਂ ਜੀ ਲੱਗ ਗਿਆ, ਹੁਣ ਤੇਰੇ ਸਹੁਰਿਆਂ ਵਾਂਗੂ ਥੋੜ੍ਹਾ ਹੋਏਗਾ ਵੀ ਜਾਂਦੇ ਨੇ ਠੋਕਰ ਮਾਰਦੇ ਨੇ ਮੁੜ ਜਾਓ। ਬੀਬੀ ਇਹੋ ਜਿਹੀਆਂ ਗੱਲਾਂ ਕਾਹਨੂੰ ਕਰਦੀ ਹੁੰਦੀ ਆ, ਫਿਰ ਜਾਣਾ ਤਾਂ ਪੈਂਦਾ ਹੀ ਹੁੰਦਾ ਸਹੁਰਿਆਂ ਦੇ, ਹੁਣ ਕਿਹੜਾ ਆਏ ਜਾਂਦਾ ਨਹੀਂ ਹੁੰਦਾ ਫਿਰ ਅਗਲਾ। ਆਹੋ ਜਾਓ ਭਾਈ, ਕੁੱਤਾ ਬਿੱਲਾ ਵੀ ਇੱਕ ਵਾਰੀ ਘੂਰੇ ਤੋਂ ਖੜ ਜਾਂਦਾ ਹੁੰਦਾ, ਤੁਸੀਂ ਤਾਂ ਉਹਨਾਂ ਨੂੰ ਵੀ ਟੱਪ ਗਏ। ਸੋਹਣੇ ਤੇਰੇ ਸਮਾਉਣ ਵਾਲੇ ਆ ਵਧੀਆ ਕੱਪੜੇ ਤਾਂ, ਲੈ ਤੂੰ ਵੀ ਦੇਖ ਲੈ। ਅਮਨ ਨੂੰ ਵੀ ਲੈ ਕੇ ਆਉਣਾ ਸੀ, ਮੈਂ ਕਿਹਾ ਫਿਰ ਉਹਨਾਂ ਨੇ ਆਪਦੇ ਪਿੰਡ ਵੀ ਜਾਣਾ ਸੀ ਤਾਂ ਨਹੀਂ ਆਏ ਉਹ। ਹੋਰ ਸਹੀ ਗੱਲ ਆ, ਚੱਲੀਏ ਜੀ ਆਪਾਂ। ਹਾਂ ਹਾਂ ਚੱਲਦੇ ਆ। ਹੈ ਇੱਕ ਘਰੇ ਬੜਿਆ ਨੀ, ਦੂਜੇ ਦੀ ਪਹਿਲਾਂ ਤਿਆਰੀ, ਪੁੱਛ ਵੀ ਲਿਆ ਕਰ ਕੁੜੇ। ਮਾਂ ਤੁਹਾਨੂੰ ਪੁੱਛ ਕੇ ਤਾਂ ਮੈਂ ਤਿਆਰ ਹੋਈ ਹਾਂ, ਤੁਸੀਂ ਕਿਹਾ ਸੀ ਵੀ ਜਦੋਂ ਇਹ ਆ ਕੇ ਵਗ ਜਾਓ, ਫਿਰ ਐਂ ਆ ਕਹਿੰਦੇ ਆ ਵੀ ਦੁਪਹਿਰ ਤੋਂ ਬਾਅਦ ਪੈਂਚਕਾਂ ਚੜ ਜਾਣਗੀਆਂ। ਆਹੋ ਭਾਈ, ਪੈਂਚਕਾਂ ਤਾਂ ਚੜਨਗੀਆਂ ਹੀ, ਦੇਣਾ ਨਹੀਂ ਕਰਨਾ ਨਹੀਂ ਕੁਛ। ਅੱਜ ਵਾਖਦੇ ਰੁਪਈਏ ਲਵਾ ਕੇ ਹਰ ਵਾਰੀ ਮੁੜ ਆਉਂਦੀ ਆ, ਮੂੰਹ ਚੱਕ ਕੇ ਵਗ ਜਾਂਦੀ ਆ। ਮਾਂ ਦਿੰਦੇ ਕਿਉਂ ਨਹੀਂ, ਜਿੰਨਾ ਕੁ ਉਹਨਾਂ ਕੋਲ ਸਰਦਾ ਗਾ ਉਨਾ ਕੁ ਤਾਂ ਉਹ ਦਿੰਦੇ ਨੇਗੇ। ਐਂ ਕਾਹਨੂੰ ਕਰਦੇ ਹੁੰਦੇ ਹੋ ਤੁਸੀਂ, ਕੋਈ ਵੀ ਵਾਰ ਤਿਉਹਾਰ ਨੂੰ ਧੀ ਨੂੰ ਖਾਲੀ ਨਹੀਂ ਤੋਰਦਾ ਹੁੰਦਾ। ਕੀ ਦਿੰਦੇ ਨੇ ਸੱਤਾਂ ਚੁੱਲ੍ਹਿਆਂ ਦੀ ਸਵਾਹ ਤੈਨੂੰ, ਡੱਕਾ ਨਹੀਂ ਦਿੰਦੇ। ਆ ਫੜ ਕੁੜੇ ਤੂੰ ਆਪਦੇ ਸਾਮ। ਐਂ ਕਿਉਂ ਬੋਲਦੀ ਆ, ਕੋਈ ਭੈਣ ਆਪਦੇ ਭਰਾ ਤੋਂ ਲੈਣ ਥੋੜ੍ਹੀ ਜਾਂਦੀ ਹੈ ਕੁਛ ਵੀ, ਉਹ ਤਾਂ ਬਸ ਇੱਕ ਰੀਤੀ ਰਿਵਾਜ਼ ਨੇ ਅਤੇ ਮੋਹ ਪਿਆਰ ਹੁੰਦਾ,
ਹੋਰ ਇਹਨਾਂ ਚੀਜ਼ਾਂ 'ਚ ਥੋੜ੍ਹੀ ਕੁਛ। ਸਹੀ ਗੱਲ ਹੈ ਬੀਬੀ, ਇਹ ਤਾਂ ਮਾਣ ਤਾਣ ਹੁੰਦਾ, ਜੇ ਦੇ ਦੂ ਅਗਲਾ ਤਾਂ ਵੀ ਚੰਗਾ, ਨਹੀਂ ਭੈਣਾਂ ਦਾ ਤਾਂ ਫਰਜ਼ ਹੁੰਦਾ ਆਪਦੇ ਭਰਾਵਾਂ ਦੇ, ਫਿਰ ਰੱਖੜੀ ਬੰਨਣੀ, ਕੁਛ ਲੈਣ ਤਾਂ ਨਹੀਂ ਜਾਂਦੀਆਂ ਹੁੰਦੀਆਂ। ਕਿਉਂ ਤੂੰ ਕਾਮਲੇ ਵਾਲੀਆਂ ਗੱਲਾਂ ਕਰਦੀ ਹੁੰਦੀ ਹੈ? ਬੇ ਬੇ ਬਾਦ ਕੇ ਤਾਂ ਤੂੰ ਰੱਬ ਨਾਲ ਲੱਗ ਗਿਆ ਵੀਰ, ਅਕਲ ਤੈਨੂੰ ਆਨੇ ਦੀ ਨਹੀਂ। ਬੀਬੀ ਹੁਣ ਤੇਰਾ ਜੇ ਕੱਦ ਛੋਟਾ ਹੁੰਦਾ ਫਿਰ ਤਾਂ ਮੈਂ ਵੀ ਛੋਟਾ ਰਹਿ ਜਾਂਦਾ, ਹੁਣ ਤੇਰਾ ਕੱਦ ਐਡਾ ਹੈ, ਜਦੋਂ ਫਿਰ ਮੇਰਾ ਵੀ ਕੱਦ ਵਧਣਾ ਹੀ ਸੀਗਾ, ਹੁਣ ਮੈਂ ਦੱਸ ਕੀ ਕਰਾਂ ਇਹ 'ਚ। ਓਹੋ ਕਾਣੂ ਬਾਈ ਜੀ, ਤੁਸੀਂ ਮੂਡ ਨਾ ਖਰਾਬ ਕਰੋ, ਭੈਣ ਨੂੰ ਲੈ ਕੇ ਜਾਓ, ਉਹਦਾ ਮਨ ਐਡੀ ਸੋਹਣੀ ਤਿਆਰ ਹੋਈ ਆ। ਉਹ ਅਸੀਂ ਆ ਗਏ ਨਾ, ਹੁਣ ਅਸੀਂ ਆਪੇ ਸਾਰਾ ਕੰਮ ਸਾਂਭਾਂਗੇ। ਮਾਂ ਨਾ ਬੋਲ, ਦੇਖ ਤੈਨੂੰ ਮੇਰੀ ਸੌਂ, ਕੋਈ ਨਹੀਂ ਜਾਣ ਦੇ। ਕੋਈ ਨਾ, ਆ ਰਿੜਕਣਾ ਧੋਣ ਵਾਲਾ ਪਿਆ, ਉਹਨੂੰ ਧੋ ਕੇ ਫੇਰ ਜਾਈ, ਤੂੰ ਪਹਿਲਾ ਦੀ। ਠੀਕ ਆ ਮਾਂ, ਲੱਸੀ ਖੱਟੀ ਹੋ ਜਾਂਦੀ ਆ ਰੋਜ਼। ਹਾਂ ਕੋਈ ਨਾ, ਤੂੰ ਚਾਹ ਪੀ ਲੈ ਘੁੱਟ ਕਰਕੇ, ਨਾਲੇ ਜਵਾਕ ਨੂੰ ਦੇ ਦੇ, ਇਹ ਤਾਂ ਡੋਰੂ ਹੈ, ਜਿਵੇਂ ਜੀ ਕਰਦਾ ਉਵੇਂ ਤੀਵੀਂ ਵਜਾ ਲੈਂਦੀ ਆ। ਓਹੋ ਮਾਂ, ਮੈਂ ਆਪ ਹੀ ਕਰ ਲੂੰਗੀ ਸਾਰਾ ਕੰਮ, ਕਰ ਲੈਗੀ। ਕੋਈ ਨੀ ਜੀ, ਮੈਂ ਰਿੜਕਣਾ ਧੋਦਾਂ ਤੇ ਫਿਰ ਆਪਾਂ ਚੱਲਦੇ। ਹਾਂ ਹਾਂ, ਧੋ ਦੇ ਚੰਗਾ। ਮਾਂ ਤੇਰੀਆਂ ਉਹੀ ਗੱਲਾਂ, ਭੱਗ ਜਾਣਗੇ ਭਾਬੀ ਨੂੰ ਪਿੰਡ, ਕਿੱਡੀ ਗੱਲ ਹੈਗੀ। ਵੇ ਜਾਂਦੀ ਆ, ਵੱਡਾ ਆਇਆ ਭਾਬੀ ਵਾਲਾ ਲਾਡਲਾ। ਚੱਲ ਕੋਈ ਗੱਲ ਨੀ, ਉਹਨੂੰ ਨਵੇੜ ਦੇਣ ਦੇ ਕੰਮ, ਅਸੀਂ ਫੇਰ ਭੱਗ ਜਾਾਂਗੇ। ਬਹਿ ਜਾ ਤੂੰ ਵੀ। ਕੰਮ ਨੂੰ ਹੀ ਕਿਹਾ, ਜੂੜ ਨਹੀਂ ਲਾਇਆ ਉਹਦੇ ਵੀਰ, ਤੁਸੀਂ ਜ਼ਿਆਦਾ ਸਿਆਣੇ ਹੁੰਦੇ, ਤੁਰੇ ਜਾਂਦੇ ਸਾਰੇ ਉੱਤੋਂ ਦੀ। ਮਾਂ ਤੁਹਾਡੇ ਉੱਤੋਂ ਦੀ ਕੋਈ ਨਹੀਂ ਚਾਹੁੰਦਾ, ਅਸੀਂ ਤਾਂ ਪਿਆਰ ਨਾਲ ਕਹਿੰਦੇ ਆ, ਅੱਜ ਤਿਉਹਾਰ ਦਾ ਦਿਨ ਹੈ, ਇੰਨੀ ਖੁਸ਼ ਆ ਉਹ, ਕਾਹਨੂੰ ਉਹਦਾ ਮੂਡ ਖਰਾਬ ਕਰਦੇ ਹੋ? ਫਿਰ ਖੁਸ਼ ਨੂੰ ਮੈਂ ਕਿਹੜਾ ਗੋਲਾ ਮਾਰਤਾ ਵੀਰ, ਮੈਂ ਇੰਨਾ ਹੀ ਕਿਹਾ ਵੀ ਉਹ ਰਿੜਕਣਾ ਧੋਣ ਵਾਲਾ ਪਿਆ, ਧੋ ਕੇ ਧੁੱਪੇ ਲਾ ਦੇ, ਖੱਟੀ ਹੋ ਜਾਂਦੀ ਆ ਲੱਸੀ। ਆਹ ਕੱਲ੍ਹ ਤੇਰੀ ਤਾਈ ਲੈ ਕੇ ਗਈ, 100-100 ਗੱਲ ਸੁਣਾ ਕੇ ਗਈ, ਕਹਿੰਦੀ ਲੱਸੀ 'ਚੋਂ ਸਮੈਲ ਆਉਂਦੀ ਆ। ਉਹ ਤਾਂ ਚੱਲ ਮੈਂ ਵੀ ਕਰ ਦਿੰਦੀ ਸਾਫ਼। ਕੋਈ ਨਾ, ਤੂੰ ਇੰਨੇ ਕੱਪੜਾ ਲੀੜਾ ਬਾਦਲ, ਚਾਹ ਪਾਣੀ ਪੀ ਲਓ ਕਰਕੇ, ਇਹਨਾਂ ਨੇ ਤਾਂ ਬਾਗੀ ਜਾਣਾ ਹੈਗਾ, ਆਹ ਜਿਹੜੇ ਚਾਰ ਛਿੱਲੜ ਨੇ ਖਾਲੀ ਕਰਕੇ ਆਉਣਗੇ, ਇਹ ਦੀਂਦਾ ਹੀ ਆ ਬੂਥੜ। ਇੱਕ ਤੇ ਧਰ ਕੇ ਲੈ ਜੀ ਪੈਸੇ, ਤੂੰ ਤੂੰ ਟੇਕਦਾ ਕਿ ਨਹੀਂ? ਇਹ ਕੁਝ ਜ਼ਿਆਦਾ ਬੋਲਣ ਲੱਗ ਗਿਆ ਮੈਨੂੰ ਲੱਗਦੀ ਆ। ਚੱਲ ਕੋਈ ਨੀ ਮਾਂ ਬਾਈ, ਕੋਈ ਨੀ, ਤੁਸੀਂ ਤਿਆਰ ਰੱਖੋ, ਬਸ ਮੈਂ ਭੇਜਦੀ ਆ। ਕੋਈ ਨੀ ਕੋਈ ਨੀ ਬਾਈ, ਕੋਈ ਨੀ, ਵਗ ਜਾਾਂਗੇ, ਕਰ ਲੈਣ ਦੇ ਉਹਨੂੰ ਕੰਮ। ਛੋਟੀ ਪਾਗੀ ਸੀਗੀ, ਉਹ ਜਦੋਂ ਆ ਗਏ ਫੇਰ ਚੱਲੇ, ਤੂੰ ਦੱਸ ਕਿਵੇਂ ਠੀਕ ਹੈ? ਹਾਂ ਸ਼ੇਰਾ ਠੀਕ ਠਾਕ ਵਧੀਆ, ਹੋਰ ਸ਼ੇਰਾ ਘਰੇ ਠੀਕ ਨੇ ਸਾਰੇ? ਹਾਂਜੀ ਹਾਂਜੀ ਵਧੀਆ, ਤੁਸੀਂ ਦੱਸੋ, ਸਿਹਤ ਠੀਕ ਹੈ ਤੁਹਾਡੀ? ਹਾਂ ਸ਼ੇਰਾ ਬਸ ਜਿਵੇਂ ਟਾਈਮ ਪਾਸ ਹੋਈ ਜਾਂਦਾ ਭਾਈ, ਟਾਈਮ ਪਾਸ ਹੀ ਹੈ। ਇੱਥੇ ਬਾਹਰ ਬੈਠੇ ਹੋ? ਬਸ ਸ਼ੇਰਾ ਆਹੀ ਛੱਤ ਆਪਣੀ ਤਾਂ। ਅੱਛਾ, ਇੱਥੇ ਬਸ ਟਾਈਮ ਚੱਲੀ ਜਾਂਦਾ। ਚੱਲ ਕੋਈ ਗੱਲ ਨਹੀਂ, ਹਾਂ ਹਵਾ ਸੋਹਣੀ ਚੱਲੀ ਜਾਂਦੀ ਅੱਜ ਤਾਂ। ਹਾਂ ਸ਼ੇਰਾ। ਸਤਿ ਸ਼੍ਰੀ ਅਕਾਲ ਭਾਬੀ। ਸਤਿ ਸ਼੍ਰੀ ਅਕਾਲ ਭੈਣੇ, ਕਿਵੇਂ ਠੀਕ ਹੈ? ਹਾਂ ਠੀਕ ਆ ਭਾਬੀ, ਤੁਸੀਂ ਦੱਸੋ ਕਿਵੇਂ ਠੀਕ ਹੋ? ਹਾਂ ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ ਬਾਈ। ਲੈ ਤੁਸੀਂ ਤਾਂ ਬਾਪੂ ਕੋਲ ਹੀ ਬਹਿ ਗਏ, ਵੀ ਭਲਾ ਅੰਦਰ ਆ ਜਾਓ ਹਵਾ 'ਚ। ਓਹੋ, ਜਦੋਂ ਹੁਣ ਬਾਪੂ ਇੱਥੇ ਬੈਠਾ ਸੀ, ਬਾਪੂ ਕੋਲ ਹੀ ਬੈਠਣਾ ਸੀਗਾ। ਹੋਰ ਭਾਬੀ ਕਿਵੇਂ ਠੀਕ ਆ ਸਾਰੇ? ਸਾਰੇ ਵਧੀਆ ਠੀਕ ਠਾਕ, ਤੂੰ ਦੱਸ ਠੀਕ ਆ? ਉੱਥੇ ਤੜਕੇ ਦੇ ਡਿੱਕੀ ਜਾਂਦੇ ਸੀ ਵੀ ਹੁਣ ਵੀ ਆਈ ਹੁਣ ਵੀ ਆਈ। ਤੈਨੂੰ ਪਤਾ ਮੈਂ ਤਾਂ ਆਪਣੇ ਪਿੰਡ 10 ਮਿੰਟ ਵੀ ਨਹੀਂ ਖੜੀ ਹੈਗੀ, ਰੱਖੜੀ ਬੰਨ ਕੇ ਨਾਲ ਦੀ ਨਾਲ ਮੁੜ ਆਈ ਵੀ ਆਪਣੇ ਆਊਗੀ। ਫਿਰ ਮੈਨੂੰ ਇਹ ਸੀਗਾ, ਮੈਂ ਕਿਹਾ ਚੱਲ ਭਾਬੀ ਗਈ ਹੋਈ ਹੋਊਗੀ, ਜਦੋਂ ਨੂੰ ਭਾਬੀ ਨੇ ਆਉਣਾ ਉਦੋਂ ਨੂੰ ਮੈਂ ਆ ਜਾਊਂਗੀ। ਚੱਲ ਆ ਜਾ ਅੰਦਰ ਹੁਣ। ਹਾਂ ਚੱਲ ਆਉਣੀ ਹੈ, ਆ ਜਾਓ ਜੀ ਅੰਦਰ ਚੱਲੀਏ। ਕੋਈ ਗੱਲ ਨਹੀਂ, ਮੈਂ ਬਾਪੂ ਕੋਲੇ ਬੈਠਾ, ਤੁਸੀਂ ਕਰੋ ਗੱਲਾਂ। ਚੱਲ ਬਾਪੂ ਮੈਂ ਰੱਖੜੀ ਬੰਨਣਾ, ਫਿਰ ਟਾਈਮ ਨਾ ਲੰਘ ਜੇ। ਹੋਰ ਬਾਪੂ, ਦਵਾਈ ਟਾਈਮ ਤੇ ਲੈ ਲੈਣਾ ਤੂੰ? ਹਾਂ ਹਾਂ ਸ਼ੇਰਾ, ਚੱਲੀ ਜਾਂਦੀ ਹੈ।
ਤੈਨੂੰ ਪਤਾ ਬਾਪੂ ਇਹ ਸ਼ੂਗਰ ਦਾ ਨਾ ਪਰਹੇਜ਼ ਹੀ ਹੁੰਦਾ ਹੈਗਾ, ਬਸ ਮਿੱਠੇ ਮੁੱਠੇ ਤੋਂ ਧਿਆਨ ਹੀ ਰੱਖਿਆ ਕਰ ਤੂੰ। ਉਹ ਭਾਈ ਧਿਆਨ ਹੀ ਆ ਬਸ, ਤੂੰ ਵਧੀਆ ਸ਼ੇਰਾ ਚੰਗਾ ਹੈ ਭਾਈ, ਜਿਹੜਾ ਆ ਜਾਂਦਾ ਸਾਥੋਂ ਤਾਂ ਉੱਥੇ ਤੱਕ ਵੀ ਨਹੀਂ ਪਹੁੰਚਿਆ ਜਾਂਦਾ। ਚੱਲ ਕੋਈ ਗੱਲ ਨਹੀਂ ਬਾਪੂ ਜੀ, ਫਿਰ ਕਿਹੜਾ ਕੋਈ ਗੁੱਸਾ ਸਾਨੂੰ, ਅਸੀਂ ਆ ਜਾਂਦੇ ਹਾਂ, ਐਡੀ ਕੀ ਗੱਲ ਹੈਗੀ। ਔਰ ਭਾਈ ਸਿਆਣੇ ਦੀ ਪੁੱਤ ਦਾ ਇਹੀ ਫਾਇਦਾ ਹੁੰਦਾ। ਚੱਲ ਕੋਈ ਨਹੀਂ ਬਾਪੂ, ਤੂੰ ਆਪਦਾ ਖਿਆਲ ਰੱਖਿਆ ਕਰ, ਕਿਸੇ ਚੀਜ਼ ਦੀ ਚਿੰਤਾ ਨਾ ਕਰਿਆ ਕਰ, ਇਹ ਬੀਪੀ ਬੂਪੀ ਵੱਧ ਜਾਂਦੇ ਨੇ, ਬੰਦੇ ਦਾ ਸ਼ੂਗਰ ਫੇਰ ਹੀ ਵੱਧਦਾ ਹੁੰਦਾ, ਦਵਾਈ ਟਾਈਮ 'ਤੇ ਲੈ ਲਿਆ ਕਰ ਆਪਦੀ ਤੂੰ। ਸਿਹਰਾ ਤੁਹਾਡੇ ਨਾਲ ਹੀ ਹੈ, ਤੁਹਾਨੂੰ ਦੇਖ ਕੇ ਰੂਹ ਜਮਾਂ ਖੁਸ਼ ਹੋ ਜਾਂਦੀ ਹੈ ਭਾਈ। ਚੱਲ ਠੀਕ ਹੈ ਭਾਬੀ। ਵੀਰਾ ਕਿੱਧਰ ਪਾ ਕੇ ਦੇਖੀ, ਸਵਾਈ 'ਚ ਟਾਈਮ ਹੋਇਆ ਪਿਆ, ਮੈਂ ਛੇਤੀ ਛੇਤੀ ਰੱਖੜੀ ਬੰਨਦਾ, ਫੇਰ ਹੀ ਮੈਂ ਚਾਹ ਪਾਣੀ ਪੀਊਂ। ਮੈਂ ਪਹਿਲਾਂ ਮੱਥ ਕੇ ਆਈ ਸੀ ਵੀ ਜਿੰਨਾ ਚਿਰ ਮੈਂ ਰੱਖੜੀ ਨਹੀਂ ਬੰਨਦੀ ਉਨਾ ਚਿਰ ਚਾਹ ਨਹੀਂ ਪੀਂਦੀ। ਨਹੀਂ ਇਹ ਕਿਹੜਾ ਨਵੀਂ ਗੱਲ ਹੈ, ਆਏ ਵਾਰੀ ਤੂੰ ਐਂ ਕਰਦੀ ਹੈ। ਕੋਈ ਗੱਲ ਨਹੀਂ, ਤੇਰਾ ਵੀਰਾ ਦੇਖ ਅੱਜ ਖੇਤ ਤਾਂ ਗਿਆ ਨਹੀਂ ਹੈਗਾ, ਇੱਧਰ ਨੂੰ ਬਾਹਰ ਨੂੰ ਟੱਪ ਗਿਆ, ਜਦੋਂ ਦੇ ਅਸੀਂ ਪਿੰਡੋਂ ਆਏ ਹਾਂ ਉਦੋਂ ਦਾ ਘਰ ਹੀ ਸੀ, ਆਹ ਹੁਣ ਇੱਧਰ ਨੂੰ ਟੱਪ ਗਿਆ। ਕੋਈ ਗੱਲ ਨਹੀਂ ਆ ਜਾਂਦਾ ਦੋ ਚਾਰ ਮਿੰਟ। ਕਰਦੇ ਫੋਨ, ਫਿਰ ਜਦੋਂ ਪਣਾਈ 'ਚ ਟਾਈਮ ਹੋ ਜਾਂਦਾ ਫਿਰ ਮੈਨੂੰ ਵਹਿਮ ਹੁੰਦਾ ਗਾ, ਛੇਤੀ ਛੇਤੀ ਮੈਂ ਰੱਖੜੀ ਬੰਨਦਾ ਬਾਈ ਦੀ। ਨਹੀਂ ਕੋਈ ਨਹੀਂ ਆ ਜਾਂਦਾ, ਉਹੀ ਨਾ ਵਹਿਮ ਵੂਹ ਮੰਨਿਆ ਕਰ ਤੂੰ। ਹੋਰ ਚੱਲ ਵਹਿਮ ਤਾਂ ਮੈਨੂੰ ਕਾ ਦੇ। ਸਤਿ ਸ਼੍ਰੀ ਅਕਾਲ ਮਾਂ, ਕਿਵੇਂ ਆ? ਸਤਿ ਸ਼੍ਰੀ ਅਕਾਲ, ਠੀਕ ਆ। ਤੇ ਵੀਰਾ ਕਿੱਥੇ ਆ? ਉਹ ਤਾਂ ਖੇਤ ਨੂੰ ਵਗ ਗਿਆ। ਲੈ ਭਾਬੀ, ਮਾਂ ਤਾਂ ਕਹਿੰਦੀ ਖੇਤ ਨੂੰ ਵਗ ਗਿਆ। ਨਾ ਮਾਂ, ਖੇਤ ਅੱਜ ਗਿਆ ਨਹੀਂ ਹੈਗਾ, ਕੋਈ ਕੰਮ ਨਹੀਂ ਸੀਗਾ, ਅੱਜ ਤਾਂ ਘਰੀ ਆ ਜਦੋਂ ਦਾ ਆਇਆ, ਨਵੇਂ ਕੱਪੜੇ ਪਾਈ ਫਿਰਦਾ ਉਹ। ਤੈਨੂੰ ਬੜਾ ਪਤਾ ਹੈ, ਮੈਨੂੰ ਦੱਸ ਕੇ ਗਿਆ ਖੇਤ ਗਿਆ ਉਹ। ਚੱਲ ਕੋਈ ਗੱਲ ਨਹੀਂ ਮਾਂ, ਫਿਰ ਭਾਬੀ ਨਾਲ ਕਾਹਨੂੰ ਗੁੱਸੇ ਹੁੰਦੀ ਆ, ਤੂੰ ਐਂ ਕਰ ਵੀਰੇ ਨੂੰ ਛੇਤੀ ਛੇਤੀ ਫੋਨ ਕਰ ਦੇ, ਕਹਿ ਤੇਰੀ ਭੈਣ ਆਈ ਬੈਠੀ ਆ, ਤੈਨੂੰ ਡਿੱਕੀ ਜਾਂਦੀ, ਛੇਤੀ ਛੇਤੀ ਆ ਕੇ ਰੱਖੜੀ ਬਣਾ ਲਾ। ਦੇਖ ਵੀਰ, ਮੇਰੀ ਸੁਣ ਗੱਲ, ਆਈ ਵਾਰ ਚੱਕ ਕੇ ਤਾਂ ਅੱਗੇ ਆ ਜਾਂਦੀ ਹੈ, ਉਹ ਤਾਂ ਰੱਖੜੀ ਬਣਾਉਂਦਾ ਨਹੀਂ, ਇੱਕ ਵਾਰੀ ਕਹਾਲਾ ਚਾਹੇ 100 ਵਾਰੀ ਕਹਾਲਾ, ਆਪਦੀਆਂ ਰੱਖੜੀਆਂ ਜਾਂ ਚੱਕ ਅਤੇ ਤੁਰਦੀ ਲੱਗ। ਮਾਂ ਇਹੋ ਜਿਹੀ ਗੱਲ ਕਿਉਂ ਕਰਦੀ ਹਾਂ, ਦੇਖੀ ਮੈਂ ਰੱਖੜੀ ਬੰਨੇ ਵੀ ਨਾ ਕਿਵੇਂ ਵਗ ਜੂੰਗੀ। ਆਹ ਗੱਲ ਨਾ ਕਰ ਮਾਂ, ਮੈਂ ਕਿਹੜਾ ਕੋਈ ਚੀਜ਼ ਲੈਣ ਆਈ ਹਾਂ, ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਮਾਂ, ਵੀਰੇ ਦੀ ਰੱਖੜੀ ਤਾਂ ਬੰਨ ਲੈਂਦੇ। ਕੁੜੇ ਕੀ ਦੇ ਦਿਆਂਗੇ ਅਸੀਂ, ਅੱਗੇ ਮੈਂ ਕਿਹੜਾ ਕੁਛ ਲੈਣ ਆਈ ਹਾਂ, ਅਸੀਂ ਤਾਂ ਆਪਦਾ ਹੀ ਟਾਈਮ ਪਾਸ ਮਸਾਂ ਕਰਦੇ ਹਾਂ। ਆ ਤੇਰਾ ਵਿਆਹ ਝੁਲਸਾਂ ਡਊਗਾ ਮਸਾਂ ਕੀਤਾ ਸੀਗਾ, ਤੈਨੂੰ ਕਿਹੜਾ ਪਤਾ ਨਹੀਂ ਸਾਡੀ ਕਬੀਲਦਾਰੀ ਦਾ। ਪਹਿਲਾਂ ਰੱਖੜੀ ਬਣਾਉਂਦਾ ਸੀ, ਕੁਛ ਮਰਜ਼ੀ ਸੀ, ਪਰ ਐਤਕੀ ਰੱਖੜੀ ਨਹੀਂ ਬਣਾਉਂਦਾ। ਆਪਦੀਆਂ ਲੈ ਜਾ ਰੱਖੜੀਆਂ ਚੱਕ ਕੇ, ਉਹ ਤੇਰਾ ਪਿਓ ਬੈਠਾ ਬਾਹਰ ਗਏ, ਜੇ ਬੰਨਣੀ ਆ ਉਹਦੇ ਬੰਨ ਜਾ, ਨਹੀਂ ਵੀ ਰੱਬਦਾ ਤੁਰਦੀ ਲੱਗ, ਨਾ ਤੇਰੇ ਪਿਓ ਦਾ ਡਰਾਬਾ ਦੇਈ, ਮੈਂ ਤਾਂ ਕਿਸੇ ਤੋਂ ਡਰਦੀ। ਮਾਂ ਮੈਂ ਤੈਨੂੰ ਕੋਈ ਡਰਾਬਾ ਨਹੀਂ ਦਿੰਦੀ, ਪਰ ਜੇ ਮੇਰੇ ਬਾਪੂ ਨੂੰ ਇਹ ਗੱਲ ਪਤਾ ਲੱਗ ਗਈ, ਬਾਪੂ ਜਿਉਂਦੇ ਜੀ ਮਰਜੂ ਮਾਂ ਬਣ ਕੇ ਰੱਖੜੀ ਬੰਨ ਲੈਂਦੇ ਬਸ ਇਕੱਲੇ। ਕਿਧਰੇ ਨਹੀਂ ਕੁਛ ਹੁੰਦਾ ਹੈਗਾ, ਇਹ ਜੇ ਖੇਖਣ ਜੇ ਨਾ ਮੇਰੇ ਕੋਲੇ ਕਰਿਆ ਕਰੂ, ਜਾਣਦੀ ਹਾਂ ਮੈਂ ਸਭ ਕੁਛ। ਮਾਂ ਉਹ ਆ ਗਿਆ ਵੀਰ, ਲੈ ਉਹ ਆ ਗਿਆ, ਬਣਾਉਂਦਾ ਤਾਂ ਬੰਨ ਦੇ। ਬਣਾ ਲੂਗਾ, ਕੁਛ ਨਹੀਂ ਹੁੰਦਾ ਹੈਗਾ। ਵੀਰੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ, ਮੈਂ ਦੇਖੀ ਕਦੋਂ ਦੀ ਡਿੱਕੀ ਜਾਂਦੀ ਹੈਗੀ, ਤੇ ਲੈ ਛੇਤੀ ਛੇਤੀ ਗੁੱਟ ਕਰ, ਮੈਂ ਰੱਖੜੀ ਬੰਨਾ। ਹੋਰ ਕਿੱਧਰ ਲੰਘ ਗਏ ਸੀ ਤੁਸੀਂ? ਲੈ ਉਹ ਮਾ ਖੇਤ ਵਗ ਗਿਆ ਸੀਗਾ, ਕੰਮ ਧੰਦੇ ਵੀ ਕਰਨੇ ਹੁੰਦੇ ਨੇ, ਕੋਈ ਐ ਨਹੀਂ ਹੈਗਾ ਵੀ ਰੱਖੜੀਆਂ ਨੂੰ ਸਿਰ ਤੇ ਬੰਨ ਕੇ ਤੁਰੇ ਫਿਰੋ। ਚੱਲ ਕੋਈ ਨਾ, ਹੁਣ ਤਾਂ ਬਣਾ ਲਓ ਫਿਰ, ਇੱਧਰ ਕਰੋ ਗੁੱਟ। ਲੈ ਕਰੋ ਗੁੱਟ ਬਾਈ ਬਣ ਕੇ। ਮੇਰੇ ਬੰਨਣਾ ਹੀ ਆ ਰੱਖੜੀ। ਲੈ ਹੋਰ ਕਿਹਦੇ ਬੰਨੂ, ਭਲੋ ਤੇਰੇ ਬੰਨੂਗੀ, ਹੋਰ ਕੌਣ ਆ ਮੇਰਾ ਭਰਾ। ਬਸ ਰਹਿਣ ਦੇ, ਤੈਥੋਂ ਰੱਖੜੀ ਬਣਾਉਂਗਾ ਮੈਂ, ਤੈਨੂੰ 20 ਵਾਰੀ ਕਹਿਤਾ ਵੀ ਸਾਡੇ ਨਾਂ ਆਇਆ ਕਰ ਮੰਗਤੀ ਬਣ ਕੇ, ਹਰ ਸਾਲ ਚੱਕ ਕੇ ਮੂੰਹ ਇੱਥੇ ਆ ਜਾਣੀਆਂ, ਆਹ 5 ਰੁਪਏ ਦੀਆਂ ਰੱਖੜੀਆਂ ਪਿੱਛੇ 7000 ਰੁਪਏ ਲੈ ਜਾਣੀਆਂ ਤੂੰ। ਹੁਣ ਨਹੀਂ ਮੈਂ ਬਣਾਉਂਦਾ ਰੱਖੜੀ ਭਾਈ, ਆਪਦੇ ਚੱਕ ਅਤੇ ਡੰਡੀ ਲੱਗ, ਜੇ ਤਾਂ ਬੰਨਣੀ ਆ ਆਪਦੇ ਪਿਓ ਦੇ ਬੰਨ ਜਾ, ਮੈਂ ਤੇਰਾ ਕੁਛ ਨਹੀਂ ਲੱਗਦਾ, ਮੈਂ ਤੇਰਾ ਕੀ ਲੱਗਿਆ। ਓਹ ਅਮਨ, ਐਂ ਦੇਖ ਤੂੰ ਮਨ ਦੁਖੀ ਕਿਉਂ ਕਰਦੀ ਆਂ, ਆਹ ਦੇਖ ਮੈਂ ਬੈਠੀ ਹਾਂ, ਮੇਰੇ ਬੰਨ ਦੀ। ਭਾਬੀ ਮੈਂ ਕਿਹੜਾ ਕਿਸੇ ਚੀਜ਼ ਦੀ ਭੁੱਖੀ ਆ। ਮੈਂ ਕੀ ਕਿਹਾ ਸੀ ਤੈਨੂੰ, ਮੈਂ ਕੀ ਕਿਹਾ ਸੀ, ਆਪਦੀ ਪਤ ਲੈ ਕੇ ਪਹਿਲੀ ਵਗ ਜਾਂਦੀ ਮੁੰਡੇ ਦੇ ਆਉਣ ਤੋਂ, ਬਣਾ ਲਈ ਹੁਣ ਤਾਂ, ਨਹੀਂ ਬਣਾਉਂਦਾ ਉਹ ਰੱਖੜੀ, ਮੈਨੂੰ ਪਤਾ ਸੀ, ਤਾਂ ਕਿਹਾ ਸੀ ਮੈਂ, ਚੁੱਪ ਕਰਕੇ ਤੁਰ ਜਾ ਵੀ ਭਾਈ। ਮਾਂ ਜੇ ਤੂੰ ਕਹਿ ਦੇਂਗੀ ਬਣਾ ਲੂ ਰੱਖੜੀ, ਬਣਾ ਲੈਂਦੇ ਨਾ, ਕਿਉਂ ਕਰਦੀ ਹੈਗੀ। ਵੀਰ ਉਹ ਨਹੀਂ ਬਣਾਉਂਦਾ, ਤੂੰ ਅੰਮਾ ਨਾ ਬਣਿਆ ਕਰ, ਮੈਨੂੰ ਪਤਾ ਹੈ। ਦੇਖੀ ਦਿਨ ਧਿਆਰ ਦਾ ਦੇਣਾ, ਕੁੜੀ ਰੋਂਦੀ ਸੋਹਣੀ ਲੱਗਦੀ ਹੈਗੀ।
ਕੋਈ ਨਾ ਰੋਈ ਜਾਣ ਦੇ, ਇਹਦੀ ਕਿਸਮਤ ਤਾਂ ਰੋਣਾ ਹੀ ਲਿਖਿਆ ਹੈਗਾ। ਜਦੋਂ ਇਹ ਜੰਮਦੀ ਮਾਂ ਨੂੰ ਖਾ ਗਈ ਫਿਰ ਹੁਣ ਕੀ ਇਹ ਹੱਸੂਗੀ। ਬੈਠੀ ਰਹਿ, ਬਗ ਜਾ, ਬਸ ਚੁੱਪ ਕਰਕੇ ਤੁਰ ਜਾ। ਭਾਬੀ ਦੇਖੀ, ਮੈਂ ਕਦੇ ਇਸ ਘਰ ਦਾ ਬੁਰਾ ਨਹੀਂ ਚਾਹਿਆ। ਮੈਂ ਵੀਰੇ ਨੂੰ ਬਹੁਤ ਪਿਆਰ ਕਰਦੀ ਹਾਂ। ਮੈਂ ਕਦੇ ਵੀਰੇ ਨੂੰ ਐਂ ਨਹੀਂ ਸਮਝਿਆ ਵੀ ਉਹ ਮੇਰਾ ਸਕਾ ਭਰਾ ਨਹੀਂ। ਮੈਂ ਤਾਂ ਆਪਦੇ ਸਕੇ ਭਰਾਵਾਂ ਨੂੰ ਵੀ ਵੱਧ ਕਰਦੀ ਹਾਂ, ਪਰ ਮੇਰੇ ਨਾਲ ਇਹ ਆਏ ਕਿ ਉਹ ਕਰਦੇ ਆ। ਕੀ ਪਤਾ ਹੁਣ ਇਹਨਾਂ ਦੇ ਮਨ 'ਚ ਕੀ ਹੈ ਕੀ ਨਹੀਂ, ਕਿਉਂ ਨਹੀਂ ਸਮਝਦੇ ਹੈਗੇ। ਮੈਂ ਤਾਂ ਰੋਜ਼ ਇਹਨਾਂ ਨੂੰ ਐਂ ਸਮਝਾਉਂਦੀ ਰਹਿੰਦੀ ਹਾਂ ਵੀ ਆਪਣੀ ਕੁੜੀ ਹੈ ਉਹ, ਆਪਣੀ ਕੁੜੀ ਹੈ, ਤੁਸੀਂ ਜਾਇਆ ਕਰੋ। ਪਤਾ ਨਹੀਂ ਕਿਉਂ ਇਹ ਸੁਣਦੇ ਨਹੀਂ ਹੈਗੇ। ਮੇਰੀ ਗੱਲ ਸੁਣ, ਕੋਈ ਗੱਲ ਨਹੀਂ, ਮੈਂ ਤੇਰਾ ਭਰਾ ਨਹੀਂ ਹੈਗੀ, ਐਂ ਸਮਝ ਲੈ, ਭਰਜਾਈ ਭਰਾ ਹੀ ਹੁੰਦੀ ਹੈਗੀ। ਤੂੰ ਮੇਰੇ ਬੰਨ ਦੇ, ਜੇ ਤੇਰਾ ਵੀਰਾ ਕਿਤੇ ਬਾਹਰ ਹੁੰਦਾ ਐਂ ਲਾ ਲੈ ਬਾਹਰਲੇ ਦੇਸ਼ ਹੁੰਦਾ, ਫਿਰ ਵੀ ਤਾਂ ਤੂੰ ਮੇਰੀ ਰੱਖੜੀ ਬੰਨ ਕੇ। ਸਹੀ ਗੱਲ ਆ ਭਾਬੀ, ਕੋਈ ਨਾ ਖੇਖਣ ਨਾ ਕਰ, ਚੁੱਪ ਕਰ ਮਾਂ। ਬੰਨ ਲੈਂਦੇ ਵੀਰੇ ਦੇ ਰੱਖੜੀ, ਅੱਗੇ ਤੋਂ ਨਹੀਂ ਆਉਂਦੀ ਐਤਕੀ, ਬਸ ਬੰਨ ਕੇ ਜਾਊਂਗੀ, ਨਹੀਂ ਆਉਂਦੀ ਅਗਲੇ ਸਾਲ। ਮੈਂ ਇੱਕ ਵਾਰੀ ਰੱਖੜੀ ਬੰਨ ਲੈਂਦੀ ਮਾਂ ਬਣ ਕੇ, ਫਿਰ ਉਹ ਤਾਂ ਇੱਥੋਂ ਤਾਂ ਬਣਾਉਂਦਾ ਨਹੀਂ ਹੈਗਾ। ਮੈਨੂੰ ਫੜਾ ਦੇ, ਮੈਂ ਕਹਿ ਦੂੰਗੀ ਬੰਨ ਲੂਗਾ ਆਪੇ। ਹਾਂ ਲੈ ਆ ਰੱਖੜੀ, ਫਿਰ ਆ ਲੈ ਆ ਰੱਖੜੀ ਬੰਨਦੀ ਵੀਰੇ ਦੇ। ਰੱਖੜੀ ਆਹਾ ਆਹਾ, ਤਾਗਾ ਬੰਨੂਗਾ ਮੇਰਾ ਮੁੰਡਾ। ਕੱਟੀ ਰੱਖੜੀ ਵਾਲੀ ਲਿਆਈ ਸੀ ਰੱਖੜੀ, 5 ਰੁਪਈਆਂ ਦਾ ਧਾਗਾ, ਨਾ ਸੋਨੇ ਦੀ ਰੱਖੜੀ ਲੈ ਕੇ ਆਈ ਹੈ। ਰੱਖੜੀ ਦੇ ਬਹਾਨੇ ਆ ਜੂਗੀ। ਅਮਨ ਚੁੱਪ ਕਰ ਜਾ, ਅਮਨ ਕਿਉਂ ਰੋਨੀ ਹੈ, ਤੇਰੀ ਭਾਬੀ ਹੈਗੀ ਹੈ ਨਾ ਤੇਰੇ ਕੋਲ। ਆ ਸੁਣ ਲਿਆ ਸਿਰਾ, ਆ ਮੇਰੀ ਧੀ ਆਏ ਸਾਲ ਦੁਖੀ ਹੋ ਕੇ ਜਾਂਦੀ ਹੈ, ਕੰਜਰਾਂ ਤੋਂ ਕਦੇ ਨਹੀਂ ਸਰਿਆ ਵੀ ਉਹਨੂੰ ਖੁਸ਼ ਕਰਕੇ ਤੋਰ ਦੇਣ। ਸਿਰਾ ਮੈਂ ਤੇਰੇ ਮੂਹਰੇ ਹੱਥ ਬੰਨਦਾ, ਮੇਰੀ ਕੁੜੀ ਨੂੰ ਭਾਈ ਉੱਥੇ ਦੁੱਖ ਨਾ ਹੋਵੇ ਕੋਈ। ਬਾਪੂ ਜੀ ਕਿਹੋ ਜਿਹੀਆਂ ਗੱਲਾਂ ਕਰਦੇ ਹੋ, ਤੁਹਾਡੀ ਧੀ ਉੱਥੇ ਬਥੇਰੀ ਸੁਖੀ ਹੈ, ਤੁਸੀਂ ਫਿਕਰ ਨਾ ਕਰਿਆ ਕਰੋ। ਬਾਪੂ ਲੈ ਮੈਂ ਤੇਰੇ ਰੱਖੜੀ ਬੰਨਾ, ਵੀਰੇ ਨੇ ਤਾਂ ਬਣਾ ਲਈ ਰੱਖੜੀ। ਉਹ ਸ਼ੇਰਾ ਕਿਉਂ ਮੈਂ ਥੋ ਲੁਕੋ ਰੱਖਦੀ ਹੈ, ਅਜੇ ਤੇਰੇ ਬਾਪੂ ਨੂੰ ਭਾਈ ਇੰਨਾ ਉੱਚਾ ਸੁਣਨ ਨਹੀਂ ਲੱਗਿਆ। ਅਮਨ ਕਿਉਂ ਰੋਨੀ ਹੈ, ਇਹ ਰੱਖੜੀ ਨਾ ਹਰੇਕ ਭਰਾ ਦੇ ਨਸੀਬ ਦੇ ਵਿੱਚ ਨਹੀਂ ਹੁੰਦੀ, ਉਹ ਵੀ ਕਿਸਮਤ ਵਾਲੇ ਭਰਾ ਹੁੰਦੇ ਨੇ ਜਿਹੜੇ ਰੱਖੜੀਆਂ ਬਣਵਾ ਸਕਦੇ ਨੇ। ਤੂੰ ਬਾਪੂ ਦੇ ਰੱਖੜੀ ਬੰਨ। ਲੈ ਸ਼ੇਰਾ ਮੇਰੇ ਬੰਨ ਪਹੁੰਚੀ। ਬਾਪੂ ਤੇਰੇ ਨਾਲ ਤਾਂ ਨਹੀਂ ਕੁਛ ਬੋਲਦੇ, ਤੈਨੂੰ ਤਾਂ ਨਹੀਂ ਕੁਛ ਕਹਿੰਦੇ, ਤੇਰੇ ਨਾਲ ਤਾਂ ਸਹੀ ਰਹਿੰਦਾ ਸਾਰਾ ਟੱਬਰ। ਸ਼ੇਰਾ ਮੈਨੂੰ ਕਿਹਨੇ ਕੁਛ ਕਹਿਣਾ ਹੈ, ਬਸ ਟਾਈਮ ਐਡਾ ਟੱਪੀ ਜਾਂਦਾ ਭਾਈ। ਬਾਪੂ ਕਿਉਂ ਆਪਣੇ ਨਾਲ ਆਇਆ ਹੁੰਦਾ, ਸਾਰੇ ਇੰਨਾ ਖੁਸ਼ ਰਹਿੰਦੇ ਆ, ਆਪਣੀ ਕਿਸਮਤ ਇੰਨੀ ਮਾੜੀ ਰੱਬ ਨੇ ਕਿਉਂ ਲਿਖਤੀ ਬਾਪੂ। ਕਰਮਾਂ ਦੀਆਂ ਖੇਡਾਂ ਨੇ ਸ਼ੇਰਾ, ਦੁਖੀ ਨਾ ਹੋਇਆ ਕਰ ਮੇਰੀ ਧੀ, ਇਦੋਂ ਤਾਂ ਤੂੰ ਨਾ ਹੀ ਆਇਆ ਕਰ ਸਹੁਰੀਏ, ਨਾਲੇ ਆਪ ਦੁਖੀ ਹੁੰਦੀ, ਨਾਲੇ ਮੈਨੂੰ ਕਰਦੀ ਹੈ। ਬਾਪੂ ਮੈਂ ਕਿਵੇਂ ਨਾ ਆਵਾਂ, ਮੈਂ ਆਪਦੇ ਸਹੁਰੇ ਪਰਿਵਾਰ 'ਚ ਰਹਿਣਾ ਹੁੰਦਾ, ਮੈਨੂੰ ਇਹ ਹੁੰਦਾ ਮੇਰੀ ਸੱਸ ਨੂੰ ਇਹ ਨਾ ਲੱਗੇ ਵੀ ਇਹਦੇ ਪੇਕੇ ਦੇ ਨਾ ਵਰਤਦੇ ਨਹੀਂ। ਪਤਾ ਮੈਨੂੰ ਵੀ ਹੁੰਦਾ ਬਾਪੂ ਵੀ ਗਾਹਾਂ ਜਾ ਕੇ ਮੇਰੇ ਨਾਲ ਕੀ ਹੋਣਾ, ਤੁਸੀਂ ਸ਼ੁਕਰ ਮਨਾਓ ਵੀ ਤੁਹਾਡਾ ਜਵਾਈ ਚੰਗਾ, ਇਹ ਮੈਨੂੰ ਕਿਸੇ ਚੀਜ਼ ਦਾ ਦੁੱਖ ਨਹੀਂ ਆਉਣ ਦਿੰਦੇ।
ਸ਼ੁਕਰ ਹੈ ਧੀਏ ਪਰਮਾਤਮਾ ਦਾ, ਇਸੇ ਕਰਕੇ ਤੇਰਾ ਪਿਓ ਜਿਉਂਦਾ ਬੈਠਾ, ਤੂੰ ਆਪਦੇ ਘਰ ਸੁਖੀ ਹੈ। ਬਸ ਰੋ ਨਾ ਸਿਰਾ, ਆ ਲੈ ਤੈਨੂੰ ਸਗਨ ਦੇਵਾਂ। ਨਹੀਂ ਬਾਪੂ, ਮੈਨੂੰ ਕੁਛ ਨਹੀਂ ਚਾਹੀਦਾ। ਉਹ ਸਿਰਾ 100 ਰੁਪਈਏ ਹੀ ਹੈ ਮੇਰੇ ਕੋਲ, ਹੋਰ ਕੀ ਹੈ, ਫੜ ਲੈ ਮੇਰੀ ਧੀ। ਬਾਪੂ ਇਹ 100 ਤਾਂ ਮੈਨੂੰ ਲੱਖਾਂ ਬਰਾਬਰ ਹੈ, ਜਿਹੜਾ ਮੇਰੇ ਪਿਓ ਨੇ ਆਪਦੇ ਹੱਥੀ ਦਿੱਤਾ ਮੈਨੂੰ। ਬਸ ਜ਼ਰਾ ਰੋਇਆ ਨਾ ਕਰ ਮੇਰੇ ਕੋਲ ਆ ਕੇ, ਫਿਰ ਮੇਰਾ ਮਨ ਬਾਹਲਾ ਜ਼ਿਆਦਾ ਦੁਖੀ ਹੁੰਦਾ। ਬਾਪੂ ਕਿਉਂ ਰੋਂਦੇ ਹੁੰਦੇ ਹੋ, ਤੁਹਾਨੂੰ ਦੇਖ ਕੇ ਫਿਰ ਅਮਰ ਹੋਈ ਜਾਂਦੀ ਹੈਗੀ, ਉਹ ਕੀ ਬਾਹਲੀ ਸੁਖੀ ਹੈ, ਲੈ ਆਵਣਾ। ਭਾਬੀ ਮੈਂ ਕੁਛ ਨਹੀਂ ਲੈ ਕੇ ਜਾਣਾ, ਬਸ ਮੈਨੂੰ ਇੰਨਾ ਹੀ ਬਥੇਰਾ ਵੀ ਮੇਰੀ ਭਾਬੀ ਮੈਨੂੰ ਪਿਆਰ ਕਰਦੀ ਆ। ਜੇ ਮੈਂ ਤੇਥੋਂ ਆਹ ਸੂਟ ਲੈ ਗਈ, ਮੈਨੂੰ ਪਤਾ ਵੀ ਮਾਂ ਨੇ ਤੇਰੇ ਨਾਲ ਕੀ ਬਣਾਉਣੀ ਆ। ਮੈਂ ਨਹੀਂ ਚਾਹੁੰਦੀ ਵੀ ਮੇਰੇ ਕਰਕੇ ਤੈਨੂੰ ਕੋਈ ਦੁੱਖ ਹੋਵੇ। ਅਮਨ ਮੇਰੇ ਨਾਲ ਜੋ ਹੁੰਦਾ ਹੋ ਜੇ, ਕੋਈ ਗੱਲ ਨਹੀਂ, ਪਰ ਮੈਂ ਕੁੜੀ ਨੂੰ ਘਰੋਂ ਖਾਲੀ ਨਹੀਂ ਤੋਰਨਾ ਹੈਗਾ, ਕੁਛ ਨਹੀਂ ਹੁੰਦਾ, ਸੂਟ ਲੈ ਕੇ ਜਾ, ਤੂੰ ਆਪਦੇ ਸਹੁਰੇ ਘਰ ਜਾਣਾ। ਨਹੀਂ ਭਾਬੀ, ਤੂੰ ਵੀ ਆਪਦੇ ਸਹੁਰੇ ਘਰ 'ਚ ਰਹਿਣਾ। ਮੈਨੂੰ ਪਤਾ ਵੀ ਸੱਸਾਂ ਤਾਨੇ ਮਿਹਣੇ ਦੇ ਦੇ ਮਾਰ ਦਿੰਦੀਆਂ ਹੁੰਦੀਆਂ, ਪਰ ਮੈਨੂੰ ਮੇਰੀ ਮਾਂ ਦਾ ਵੀ ਪਤਾ, ਤੇਰਾ ਜੀਣਾ ਹਰਾਮ ਕਰ ਦੂਗੀ ਉਹ ਜੇ ਮੈਂ ਆਹ ਸੂਟ ਲੈ ਗਈ। ਇਹਨਾਂ ਲੀਰਾਂ ਦਾ ਕੀ ਆ, ਬਸ ਕੁੜੀਆਂ ਮੋਹ ਪਿਆਰ ਦੀਆਂ ਭੁੱਖੀਆਂ ਹੁੰਦੀਆਂ, ਨਾ ਕਿ ਕਿਸੇ ਚੀਜ਼ਾਂ ਦੀਆਂ। ਬਸ ਕਰ ਫਿਰ, ਹੁਣ ਕਿਉਂ ਰੋਈ ਜਾਂਦੀ ਹੈਗੀ, ਨਾਲੇ ਸਾਡਾ ਮਨ ਦੁਖੀ ਕਰੀ ਜਾਂਦੀ ਹੈਗੀ। ਚੁੱਪ ਹੋ ਜਾ, ਅਸੀਂ ਤਾਂ ਤੇਰੇ ਨਾਲ ਆ ਨਾ, ਅਸੀਂ ਤਾਂ ਨਹੀਂ ਤੈਨੂੰ ਕਦੀ ਮਾੜਾ ਆਖਿਆ। ਉਹ ਛੇਰਾ ਸਹੀ ਕਹਿੰਦੀ ਹੈ ਕੁੜੀ, ਇਹਨੂੰ ਪੇਟੀ 'ਚ ਧਰ ਲੈ ਲਿਜਾ ਕੇ, ਬਾਅਦ 'ਚ ਆਪਣੇ ਨਾਲ ਲੜਨਗੇ ਭਾਈ, ਫਿਰ ਜਲੂਸ ਨਿਕਲੂ ਇੱਥੇ। ਸਹੀ ਗੱਲ ਹੈ ਬਾਪੂ, ਭਾਬੀ ਤੇਰੇ ਨਾਲ ਮੈਨੂੰ ਕੋਈ ਗੁੱਸਾ ਗਿੱਲਾ ਨਹੀਂ, ਤੂੰ ਤਾਂ ਮੇਰੇ ਆਪਦਿਆਂ ਨੂੰ ਵੀ ਜ਼ਿਆਦੇ ਆ, ਜਿਹਨੇ ਕਦੇ ਮੇਰੇ ਆਈ ਤੋਂ ਮੱਥੇ ਵੱਟ ਨਹੀਂ ਪਾਇਆ। ਲੋਕ ਕਹਿੰਦੇ ਆ ਵੀ ਭਾਬੀਆਂ ਮਾੜੀਆਂ ਹੁੰਦੀਆਂ, ਪਰ ਇੱਥੇ ਮੇਰੇ ਆਪਦੇ ਮਾੜੇ ਹੋ ਗਏ ਭਾਬੀ। ਚੁੱਪ ਹੋ ਜਾ ਮਣਾ। ਦੇਖ ਲੈ ਬੀਬੀ, ਇੰਨਾ ਕੁਛ ਹੋਇਆ ਉੱਥੇ, ਇਹਦਾ ਬਾਪੂ ਨਾ ਮੈਥੋਂ ਤਾਂ ਰੋਂਦਾ ਝੱਲਿਆ ਨਹੀਂ ਗਿਆ, ਬਾਹਲਾ ਮਨ ਦੁਖੀ ਕੀਤਾ ਉਹਨੇ ਵਿਚਾਰੇ ਨੇ। ਦੇਖੋ ਤਾਂ ਸੱਚੀ ਐਡੀ ਗੱਲ ਹੋ ਗਈ ਤੇ ਹੋਰ ਬੀਬੀ, ਤਾਂ ਹੀ ਤਾਂ ਤੈਨੂੰ ਕਹਿਣਾ ਹੁੰਦਾ ਵੀ ਤੂੰ ਇਹਦੇ ਨਾਲ ਨਾ ਲੜਿਆ ਕਰ, ਇਹ ਤਾਂ ਪਹਿਲਾਂ ਹੀ ਕਰਮਾ ਮਾਰੀ ਹੈ ਵਿਚਾਰੀ। ਬੇ ਪੁੱਤਾਂ ਮੈਨੂੰ ਤਾਂ ਤੇਰ ਵੀ ਸੌਂ, ਮੈਂ ਤਾਂ ਜਮੀ ਨਹੀਂ ਲੜਦੀ। ਪੱਕਾ ਬੀਬੀ? ਨਾ ਮੈਂ ਨਹੀਂ ਹੁਣ ਇਹ ਕਰਮਾ ਮਾਰੀ ਨੂੰ ਦੁੱਖ ਦਿੰਦੀ, ਮੈਂ ਤਾਂ ਸੱਚੀ ਆਪਦੀ ਧੀ ਬਣਾ ਕੇ ਰੱਖੋ। ਚੱਲ ਸ਼ੁਕਰ ਹੈ ਮਾਂ, ਤੂੰ ਬਾਜ ਮਾਰ ਲਾ ਉਹਨੂੰ ਆਪਦੇ ਕੋਲ। ਮੈਂ ਮਾਰਦੀ ਹਾਂ ਬਾਜ। ਠੀਕ ਆ। ਅੰਜਲੀ ਪੁੱਤ, ਹਰਜੀਤ ਆ ਗਏ ਬਾਈ ਤੁਸੀਂ? ਹਾਂ ਬਾਈ ਆ ਗਏ ਸੀ ਅਸੀਂ। ਮੇਰੀ ਗੱਲ ਸੁਣ। ਹਾਂਜੀ। ਉੱਥੇ ਰਸੋਈ 'ਚ ਡੱਬਾ ਪਿਆ ਲੱਡੂਆਂ ਵਾਲਾ, ਨਾਲੇ ਪਈਆਂ ਨੇ ਉੱਥੇ ਰੱਖੜੀਆਂ, ਤੇ ਉਹ ਨਾ ਪਲੇਟ 'ਚ ਧਰ ਕੇ ਲਿਆ ਮਿਰਤੀ ਬਣ ਕੇ। ਪਰ ਰੱਖੜੀਆਂ, ਰੱਖੜੀਆਂ ਕੀ ਕਰਨਾ? ਚਾਹੇ ਕੁਛ ਕਰਨਾ, ਮੈਂ ਮੰਗਾਇਆ, ਮੈਨੂੰ ਲਿਆ ਦੇ। ਅੱਛਾ ਹਾਂ ਠੀਕ ਹੈ, ਲਿਆਉਂਦੀ ਹਾਂ। ਜਾ ਲਿਆ। ਗੱਲ ਸੁਣ ਪੁੱਤ, ਦੇਖ ਭਰਜਾਈਆਂ ਦੇ ਦਿਓਰ ਵੀ ਭਾਈਆਂ ਵਰਗੇ ਹੁੰਦੇ ਨੇ, ਅੱਜ ਅਮਨ ਨਾਲ ਵਾਲੀ ਬੁਰੀ ਹੋਈ। ਦੇਖ ਪੁੱਤ, ਜੋ ਮੈਥੋਂ ਬੋਲਿਆ ਗਿਆ ਬੋਲਿਆ ਗਿਆ, ਮੈਂ ਨਹੀਂ ਚਾਹੁੰਦੀ ਸੀ ਵੀ ਐਡੀ ਵੱਡੀ ਗੱਲ ਹੁਣ ਗਾਹਾਂ ਹੋਵੇ। ਇੱਦੋਂ ਮੁੜ ਕੇ ਨਾ ਮੈਂ ਇਹਨੂੰ ਤੋਰਾਂ ਰੱਖੜੀ ਬੰਨਣ, ਆਏ ਸਾਲ ਰੱਖੜੀ ਤੈਂ ਬਣਾਉਣੀ ਆਪਦੀ ਭਰਜਾਈ ਤੋਂ। ਲੈ ਮਾਂ, ਮੈਂ ਕਦੋਂ ਕਿਹਾ ਗਾ ਮੈਂ ਬਣਾ ਲੈਂਦਾ, ਮੈਂ ਤਾਂ ਕਦੇ ਉਹਨੂੰ ਭਰਜਾਈ ਸਮਝੇ ਨਹੀਂ, ਮੈਂ ਤਾਂ ਭੈਣ ਸਮਝਦਾ ਉਹਨੂੰ ਪਹਿਲੇ ਦਿਨ। ਮੈਂ ਤਾਂ ਹੁਣ ਨਾ ਉਹਨਾਂ ਦੇ ਬਾਰਕਣੀ ਜਮੀ ਨਹੀਂ ਝੱਕਣ ਦਿੰਦੀ, ਤੂੰ ਦੇਖੀ ਸਿਆ ਮੇਰੇ ਕਿਹੜਾ ਧੀ ਹੈ, ਮੇਰੀ ਤਾਂ ਇਹੀ ਧੀ ਹੈ, ਇਹ ਇਕੱਲੀ ਕਿਉਂ, ਮੇਰੇ ਤਾਂ ਦੋ ਨੇ ਹੁਣ। ਲੈ ਮਾਂ, ਤੂੰ ਤਾਂ ਮੇਰੇ ਦਿਲ ਦੀ ਗੱਲ ਬੁੱਝ ਲਈ, ਮੈਂ ਤਾਂ ਕਹਿੰਦਾ ਹੁੰਦਾ ਸੀ ਵੀ ਐਵੇਂ ਭੈਣ ਉੱਥੇ ਜਾ ਕੇ ਔਖੀ ਹੁੰਦੀ ਰੋਂਦੀ ਹੈਗੀ ਵੀ ਮੇਰੀ ਰੱਖੜੀ ਬੰਨਦਿਆ ਕਰੇ। ਹਾਂ ਲੈ ਹੁਣ ਐਂ ਕਰੋ, ਚਿਰ ਨਾ ਲਓ, ਹਾਕ ਮਾਰੋ।
ਉਹਦਾ ਦੇਖ ਕੇ ਬੀਬੀ ਹਾਂ ਸਹੀ ਗੱਲ ਆ ਉਹ ਤਾਂ ਕਿੰਨੀ ਖੁਸ਼ ਹੁੰਦੀ ਕਿਤੇ ਹੁਣ ਵੀ ਨਾ ਡਰਦੀ ਹੋਵੇ ਮੇਰੀ ਸੱਸ ਨਾ ਘੂਰੇ ਹਾਂ ਮਾਂ ਬੁਲਾਇਆ ਸੀ ਹਾਂ ਪੁੱਤ ਬੁਲਾਇਆ ਸੀ ਮੈਂ ਤੈਨੂੰ ਲੈ ਦੱਸ ਐਂ ਕਰ ਤੂੰ ਮੈਂ ਨਾ ਤੈਨੂੰ ਹੁਣ ਜਮੀ ਨਹੀਂ ਘੂਰਦੀ ਕਿਸੇ ਗੱਲੋਂ ਮੈਂ ਤਾਂ ਬਾਹਲਾ ਪਛਤਾਵਾ ਕਰਦੀ ਹਾਂ ਇਹ ਗੱਲ 'ਤੇ ਲੈ ਤੂੰ ਰੱਖੜੀ ਬੰਨ ਰੱਖੜੀ ਮਾਂ ਹਾਂ ਇਹ ਤੇਰਾ ਭਰਾ ਹੈ ਨਾਲੇ ਦਿਓਰ ਤਾਂ ਭਰਜਾਈ ਮੰਨਦਾ ਹੀ ਨਹੀਂ ਇਹ ਤਾਂ ਤੈਨੂੰ ਬੈਠੀ ਕਿਤੇ ਮੇਰੀ ਭੈਣ ਨੂੰ ਨਾ ਮੈਂ ਨੀ ਬੋਲਦੀ ਮੇਰੀ ਧੀ ਨੂੰ ਕੁਛ ਵੀ ਇਹ ਤਾਂ ਮੇਰੀ ਵੱਡੀ ਧੀ ਹੈ ਆ ਮੇਰੀ ਛੋਟੀ ਹੈ ਮਨ ਦੁਖੀ ਕਰਦੀ ਹੈ ਹੁਣ ਤਾਂ ਬੀਬੀ ਨੇ ਸਹੁੰ ਖਾ ਲਈ ਬੀਬੀ ਕਹਿੰਦੀ ਅੱਜ ਤੋਂ ਬਾਅਦ ਮੈਂ ਕੁਛ ਨਹੀਂ ਕਹਿੰਦੀ ਉਹਨੂੰ ਕਦੇ ਵੀ ਕਿਸੇ ਗੱਲੋਂ ਵੀ ਆ ਜਾਓ ਰੇ ਯਾਰ ਬਹਿ ਜਰਾ ਦੇਖ ਮੇਰੀ ਧੀ ਜੋ ਕੁਛ ਮੈਂ ਬੋਲਤਾ ਨਾ ਆਪਦੀ ਮਾਂ ਸਮਝ ਕੇ ਮਾਫ ਕਰਦੀ ਸਹੀ ਗੱਲ ਆ ਮਾਂ ਦਿਓਰ ਕਿਹੜਾ ਭਰਾ ਨਹੀਂ ਹੁੰਦੇ ਅੱਜ ਤੋਂ ਬਾਅਦ ਮੇਰਾ ਭਰਾ ਹਰਜੀਤ ਹੈ ਮੈਂ ਹੈਗਾ ਭੈਣੇ ਤੂੰ ਬੇਫਿਕਰ ਮੇਰੀ ਮਾਂ ਵੀ ਹੈਗੀ ਆ ਮਾਂ ਮੈਂ ਆਪਦੀ ਮਾਂ ਦਾ ਪਿਆਰ ਤਾਂ ਕਦੇ ਨਹੀਂ ਲੈਂਦਾ ਜਦੋਂ ਮੈਂ ਹੋਈ ਸੀ ਮੇਰੀ ਮਾਂ ਤਾਂ ਉਹਦੀ ਮੁੱਕ ਗਈ ਸੀ ਔਰ ਮੇਰਾ ਭਰਾ ਅੱਜ ਜਿਉਂਦੇ ਜੀ ਮੁੱਕ ਗਿਆ ਨਾ ਆਈ ਨਹੀਂ ਲੈ ਭੈਣੇ ਐਂ ਕਦੋਂ ਬੋਲ ਇਹ ਗੱਲ ਨਹੀਂ ਕਹਿੰਦੀ ਹੈ ਦੇਖ ਮੇਰੀ ਗੱਲ ਸੁਣ ਤੇਰਾ ਭਰਾ ਤੇਰੇ ਸਰਾਣੇ ਖੜਾ ਨਾ ਮੈਂ ਤੇਰੀ ਮਾਂ ਬਣ ਗਈ ਨਾ ਜਿਹੜੀ ਮੈਂ ਬੋਲੀਆਂ ਕੁਛ ਵੀ ਤੈਨੂੰ ਬੋਲਤਾ ਬੁਰਾ ਭਲਾ ਚੱਲ ਉਦੋਂ ਮੈਂ ਤੇਰੀ ਸੱਸ ਸੀ ਹੁਣ ਮੈਂ ਤੇਰੀ ਮਾਂ ਬਣ ਗਈ ਹੁਣ ਨਹੀਂ ਬੋਲਦੀ ਪੁੱਤ ਮੈਨੂੰ ਮਾਫ਼ ਕਰਤਾ ਤੇ ਮਾਂ ਕਿਉਂ ਮਾਫ਼ੀ ਮੰਗ ਕੇ ਸ਼ਰਮਿੰਦਾ ਕਰਦੀ ਆਪਦੀ ਧੀ ਨੂੰ ਮਰ ਜਾਂਦੀ ਮੈਂ ਕਿਉਂ ਬੋਲੀ ਪਾਪਣ ਕਿਉਂ ਮੈਂ ਤੇਰਾ ਦਿਲ ਦਿਖਾਇਆ ਦੱਸ ਲੈ ਪੁੱਤ ਜਿਹੜੀ ਚੀਜ਼ ਨੂੰ ਤੇਰਾ ਜੀ ਕਰਦਾ ਨਾ ਜਿਹੜਾ ਵੀ ਤਿਉਹਾਰ ਇੱਥੇ ਮਨਾ ਜਮੀ ਨਾ ਜਾਈ ਉੱਥੇ ਚੰਗਾ ਬਸ ਹੁਣ ਮੇਰਾ ਭਰਾ ਹੈਗਾ ਮੈਨੂੰ ਕਿਸੇ ਚੀਜ਼ ਦੀ ਐਵੇਂ ਨਾ ਰੋਇਆ ਕਰ ਤੂੰ ਸਮਾਂ ਦੀ ਹੱਸਦੀ ਸੋਹਣੀ ਲੱਗਦੀ ਤੂੰ ਤਾਂ ਕਿਉਂ ਭਾਈ ਹਾਂ ਠੀਕ ਹੈ ਬੀਬੀ ਹੁਣ ਹੱਸ ਪਾ ਹੁਣ ਪੂਰਾ ਹੱਸ ਲੈ